ਮਾਨਕ ਭਗਤ ਵੈਰਾਗੋ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗੋ ਏਕੰਕਾਰਾ ਸਤਿਗੁਰ ਤੇ ਪ੍ਰਸਾਦ ਸਚ ਹੋ ਵਾਹਿਗੁਰੂ ਜੀ ਕੀ ਵਿਘਨ ਵਿਨਾਸ਼ਨ ਸ੍ਰੀ ਵਾਹਿਗੁਰੂ ਜੀ ਕੀ ਵਿਘਨ ਵਿਨਾਸ਼ਨ ਸੋਏ ਕਹਿ ਕਰ ਸੁੰਦਰ ਸਵਾ ਲਗਾਏ ਗਿਲਮ ਗਲੀਚਾ ਪਰ ਵਿਸ਼ਵਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਕੀ ਸੰਗਤ ਸਤਿਗੁਰਾਂ ਨੇ ਸਤਸੰਗਤ ਦੇ ਸੁਭਾਗ ਸਮੇਂ ਬਖਸ਼ਿਸ਼ ਕਰਕੇ ਗੁਰਬਾਣੀ ਪੜ੍ਹਨ ਵਾਸਤੇ ਸਰਵਣ ਕਰਨ ਵਾਸਤੇ ਸੁਭਾਗਾ ਸਮਾਂ ਬਖਸ਼ਿਸ਼ ਕੀਤਾ। ਗੁਰੂ ਹਰਿ ਰਾਏ ਸਾਹਿਬ ਜੀਆਂ ਦਾ ਇਤਿਹਾਸ ਆਪਾਂ ਸਰਵਣ ਕਰ ਰਹੇ ਹਾਂ। ਬਾਦਸ਼ਾਹ ਨੇ ਕਈ ਵਾਰ ਫੌਜ ਸਤਿਗੁਰਾਂ ਦੇ ਉੱਪਰ ਚੜ੍ਹਾ ਕੇ ਭੇਜੀ ਹੈ। ਔਰੰਗਜ਼ੇਬ ਦੀ ਫੌਜ ਰਸਤੇ ਵਿੱਚ ਆ ਕੇ ਕਦੇ ਬਿਮਾਰ ਹੋ ਜਾਂਦੀ ਹੈ, ਕਦੇ ਕੋਈ ਵਜ਼ੀਰ ਮਰ ਜਾਂਦਾ। ਕਾਜ਼ੀਆਂ ਮੁਲਾਣਿਆਂ ਨੇ ਫਿਰ ਸਮਝਾਇਆ ਸਤਿਗੁਰਾਂ ਨੂੰ, ਚਿੱਠੀ ਪਾਈਏ ਬੜੇ ਪਿਆਰ ਦੇ ਨਾਲ, ਜਦੋਂ ਸਤਿਗੁਰੂ ਆ ਜਾਣਗੇ ਫਿਰ ਆਪਾਂ ਮਨ ਮਰਜ਼ੀ ਕਰ ਲਵਾਂਗੇ। ਇਸ ਤਰ੍ਹਾਂ ਚਿੱਠੀ ਦੇ ਕੇ ਇੱਕ ਦੂਤ ਦਿੱਲੀ ਤੋਂ ਚੱਲ ਕੇ ਕੀਰਤਪੁਰ ਸਾਹਿਬ ਪਹੁੰਚਿਆ। ਕੀਰਤਪੁਰ ਸਾਹਿਬ ਦੇ ਵਿੱਚ ਬੜੀ ਸ਼ੋਭਾ ਹੋ ਰਹੀ ਹੈ, ਬੜੀਆਂ ਸੁੰਦਰ ਸਜਾਵਟਾਂ ਸਜੀਆਂ ਹੋਈਆਂ। ਇਤਿਹਾਸ ਆਪਾਂ ਸਰਵਣ ਕਰ ਰਹੇ ਸੀ, ਆਓ ਮਨ ਬਿਰਤੀਆਂ ਟਿਕਾਈਏ, ਬੜੀ ਭਾਵਨਾ ਨਾਲ ਸਰਵਣ ਕਰੀਏ, ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਹ ਕਰ ਸੁੰਦਰ ਸਭਾ ਲਗਾਏ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਸਾਰਾ ਕੁਝ ਜਾਣਦੇ ਨੇ, ਸੁੰਦਰ ਦੀਵਾਨ ਮਹਾਰਾਜ ਸਾਹਿਬ ਜੀ ਨੇ ਸਜਾਇਆ ਹੈ। ਗਿਲਮ ਗਲੀਚਾ ਪਰ ਵਿਛਵਾਏ, ਬੜੇ ਸੋਹਣੇ ਗਲੀਚੇ ਵਿਛਾਏ ਗਏ, ਉਹਨਾਂ ਦੇ ਉੱਪਰ ਬੜੇ ਸੋਹਣੇ ਬਸਤਰ ਵਿਛਾਏ ਗਏ ਹਨ। ਚੋਬਦਾਰ ਬਹੁ ਖਰੇ ਟਲੈਤ, ਤੇ ਸਤਿਗੁਰਾਂ ਦੇ ਚੋਬਦਾਰ ਪਹਿਰੇਦਾਰ ਜਿਹੜੇ ਨੇ ਉਹ ਸੂਰਮੇ ਖਲੋਤੇ ਹੋਏ ਹਨ। ਕੰਚਨ ਦੰਡ ਕਰਨ ਮੈਂ ਲੈਤ, ਜਿਨ੍ਹਾਂ ਦੇ ਹੱਥ ਵਿੱਚ ਸੋਨੇ ਦੇ ਡੰਡੇ ਫੜੇ ਹੋਏ ਉਹ ਚੋਬਦਾਰ ਖਲੋਤੇ ਹੋਏ ਹਨ। ਚਾਰ ਚੰਦੋਬਾ ਚਿਤ੍ਰਿਤ ਜ਼ਰੀ, ਸਤਿਗੁਰਾਂ ਦੇ ਸੀਸ ਦੇ ਉੱਪਰ ਬੜਾ ਸੁੰਦਰ ਚੰਦੋਬਾ ਤਣਿਆ ਹੋਇਆ, ਜਿਹਦੇ ਉੱਪਰ ਬੜੀ ਸੋਹਣੀ ਜਰੀਦਾਰ ਕਢਾਈ ਹੋਈ ਹੋਈ ਹੈ। ਨਾਗ ਵਿੱਚ ਜੜਤੀ ਮੁਕਤਨ ਲਰੀ, ਤੇ ਕਹਿਣ ਲੱਗੇ ਨਾਗ ਮੋਤੀ ਇਤਿਆਦਿਕ ਲੜੀਆਂ ਜਿਹੜੀਆਂ ਨੇ ਪਰੋ ਪਰੋ ਕੇ ਜੜੀਆਂ ਹੋਈਆਂ ਹਨ। ਰੇਸ਼ਮ ਕੀ ਸ਼ੋਰ ਹੈ ਸੁਟਤਾਨੀ, ਕਹਿਣ ਲੱਗੇ ਰੇਸ਼ਮ ਕੀ ਡੋਰ ਹੈ, ਰੇਸ਼ਮ ਦੀਆਂ ਡੋਰਾਂ ਰੱਸੀਆਂ ਦੇ ਨਾਲ ਉਹ ਚੰਦੋਆ ਬੱਧਾ ਬੜਾ ਸੋਹਣਾ ਲੱਗਦਾ ਹੈ। ਝਾਲਰ ਜ਼ਰੀ ਝੂਲਤ ਸ਼ਮਖਾਨੀ, ਤੇ ਕਹਿਣ ਲੱਗੇ ਝਾਲਰਾਂ ਜਿਹੜੀਆਂ ਨੇ ਬੜੀਆਂ ਸੋਹਣੀਆਂ ਲਟਕ ਰਹੀਆਂ ਨੇ ਚੰਦੋਏ ਦੇ ਨਾਲ, ਤੇ ਨਿੱਕੇ ਨਿੱਕੇ ਨਾਗ ਉਹਨਾਂ ਨੂੰ ਲੱਗੇ ਹੋਏ ਹਨ। ਸਤਿਗੁਰ ਮੰਦ ਮੰਦ ਚੱਲਿਆ ਏ, ਇੰਨੇ ਚਿਰ ਨੂੰ ਗੁਰੂ ਹਰਿ ਰਾਏ ਸਾਹਿਬ ਜੀ ਦੀਵਾਨ ਦੇ ਵਿੱਚ ਸਜਣ ਵਾਸਤੇ ਹੌਲੀ ਹੌਲੀ ਚੱਲ ਕੇ ਆਪਣੇ ਸਥਾਨ ਤੋਂ ਪਹੁੰਚੇ ਹਨ। ਬੈਠ ਸਿੰਘਾਸਨ ਮਾਹੇ ਸੁਹਾਏ, ਤੇ ਸਿੰਘਾਸਨ ਤੇ ਬੈਠ ਕੇ ਪਾਤਸ਼ਾਹ ਜੀ ਬੜੀ ਸੋਭਾ ਪਾ ਰਹੇ ਹਨ। ਮਨੋ ਸ਼ਾਂਤ ਰਸ ਧਰਿਓ ਸਰੀਰਾ, ਮੰਨ ਲਓ ਸਤਿਗੁਰਾਂ ਨੇ ਸ਼ਾਂਤੀ ਸਰੂਪ ਇਹ ਸ਼ਾਂਤੀ ਦਾ ਹੀ ਸਰੀਰ ਮਹਾਰਾਜ ਜੀਆਂ ਨੇ ਧਾਰਨ ਕੀਤਾ ਹੈ। ਗਿਆਨ ਵਿਰਾਗ ਭਰੇ ਔਰ
ਧੀਰਾ ਤੇ ਸਤਿਗੁਰੂ ਜੀ ਗਿਆਨ ਦੇ ਸਮੇਤ ਵੈਰਾਗ ਦੇ ਸਮੇਤ ਬੜੇ ਧੀਰ ਦੇ ਧਾਰੀ ਪਾਤਸ਼ਾਹ ਬੈਠੇ ਹੋਏ ਹਨ। ਚਮਰ ਚਾਰ ਢੋਰਤ ਦਿਸਚਾਰੀ ਤੇ ਸਤਿਗੁਰਾਂ ਦੇ ਸੀਸ ਦੇ ਉੱਪਰ ਸੁੰਦਰ ਚੌਰ ਜਿਹੜਾ ਹੈ ਨਾ ਚਿੱਟੇ ਰੰਗ ਦਾ ਬੜਾ ਸੋਹਣਾ ਸੀਸ ਦੇ ਉੱਪਰ ਚੌਰ ਹੋ ਰਿਹਾ ਹੈ। ਬਿਜਨਾ ਚਮਕਤ ਰਬ ਅਨੁਹਾਰੀ ਤੇ ਸਤਿਗੁਰਾਂ ਨੂੰ ਇੱਕ ਸਿੱਖ ਪੱਖਾ ਚੱਲਦਾ ਪਿਆ ਹਵਾ ਦੇਣ ਵਾਸਤੇ ਤੇ ਪੱਖਾ ਬੜਾ ਸੋਹਣਾ ਸੁੰਦਰ ਜਿਹੜਾ ਨਾ ਸੂਰਜਮੁਖੀ ਦੇ ਫੁੱਲ ਵਾਂਗੂ ਬਣਿਆ ਹੋਇਆ ਹੈ। ਅਨਕ ਮਸੰਦ ਮੇਵੜੇ ਆਏ ਸਤਿਗੁਰਾਂ ਦੇ ਕੋਲ ਮਸੰਦ ਜਿਹੜੇ ਗੁਰੂ ਘਰ ਦੇ ਕਾਰ ਵਿਹਾਰ ਕਰਨ ਵਾਲੇ ਉਹ ਵੀ ਆ ਕੇ ਬੈਠੇ ਹਨ। ਬੜੇ ਧਨਾੜ ਬਸਤਰ ਸ਼ੁਭ ਪਾਏ ਇਹ ਜਿਹੜੇ ਮਸੰਦ ਨੇ ਗੁਰੂ ਘਰ ਦੇ ਬੜੇ ਧਨਾੜ ਨੇ ਰੱਜੇ ਪੁੱਜੇ ਨੇ ਬੜੇ ਸੋਹਣੇ ਸੋਹਣੇ ਬਸਤਰ ਇਹਨਾਂ ਨੇ ਗਲ ਵਿੱਚ ਪਾਏ ਹਨ। ਜੇ ਨੌਕਰ ਜੋਧਾ ਸਵਧਾਨਾ ਸਤਿਗੁਰਾਂ ਦੇ ਜਿੰਨੇ ਨੌਕਰ ਨੇ ਸਾਰੇ ਸੂਰਮੇ ਬੜੇ ਸਾਵਧਾਨ ਹੋ ਕੇ ਮਹਾਰਾਜ ਦੇ ਕੋਲ ਬੈਠੇ ਹਨ। ਬਸਤਰ ਸ਼ਸਤਰ ਸਜ ਕੇ ਬਿਧਨਾ ਅਨੇਕ ਤਰ੍ਹਾਂ ਦੇ ਬਸਤਰ ਤੇ ਉਹਨਾਂ ਦੇ ਉੱਪਰ ਸ਼ਸਤਰ ਸਜਾ ਕੇ ਬੜੇ ਸ਼ੋਭਾ ਦੇ ਸਹਿਤ ਹਨ। ਸੁਭਾਵਿਕ ਹੈ ਚੱਲ ਕੇ ਸਵਿਆਏ ਇਹ ਸਾਰੇ ਦੀਵਾਨ ਦੇ ਵਿੱਚ ਮਹਾਰਾਜ ਦੇ ਸੂਰਮੇ ਤੇ ਮਸੰਦ ਆ ਕੇ ਬੈਠੇ ਹਨ। ਪੰਗਤ ਲਾਏ ਬੈਠ ਸਮੁਦਾਏ ਸਾਰੇ ਪੰਗਤ ਲਾ ਕੇ ਜਿਵੇਂ ਹੁਣ ਆਪਾਂ ਦਰਬਾਰ ਵਿੱਚ ਬੈਠਦੇ ਹਾਂ ਨਾ ਇਸੇ ਤਰ੍ਹਾਂ ਸਾਰੀ ਸੰਗਤ ਬੈਠ ਗਈ ਹੈ। ਗਨ ਦੇਸ਼ਨ ਕੀ ਸੰਗਤ ਜੋਈ ਬਹੁਤ ਦੇਸ਼ਾਂ ਦੀਆਂ ਬੜੀਆਂ ਸੰਗਤਾਂ ਮਹਾਰਾਜ ਦੇ ਦਰਬਾਰ ਵਿੱਚ ਬੈਠੀਆਂ ਹਨ। ਦਰਸ਼ਨ ਹਿਤ ਉਤਰੀ ਪੁਰਸੋਈ ਇਹ ਸਾਰੀਆਂ ਦਰਸ਼ਨ ਕਰਨ ਵਾਸਤੇ ਸਤਿਗੁਰਾਂ ਦੇ ਇਸ ਨਗਰ ਵਿੱਚ ਕੀਰਤਪੁਰ ਸਾਹਿਬ ਦੇ ਵਿੱਚ ਉਤਰੀਆਂ ਹੋਈਆਂ ਹਨ। ਸਭ ਲੇਕਰ ਗੁਰ ਭੇਟ ਵਿਸਾਲਾ ਸਾਰੀਆਂ ਸੰਗਤਾਂ ਮਹਾਰਾਜ ਸਾਹਿਬ ਜੀ ਦੇ ਵਾਸਤੇ ਭੇਟਾਵਾਂ ਲੈ ਕੇ ਸਭਾ ਵਿਖੇ ਪਹੁੰਚੀ ਤਤਕਾਲ ਸਾਰੀਆਂ ਸੰਗਤਾਂ ਪਹੁੰਚ ਗਈਆਂ ਮਹਾਰਾਜ ਦੇ ਦਰਸ਼ਨ ਕਰਦੀਆਂ ਹਨ। ਦਰਸ਼ਨ ਪ੍ਰਗਟ ਹੋਏ ਅਰਦਾਸ ਸਤਿਗੁਰਾਂ ਦੇ ਦਰਸ਼ਨ ਕਰ ਰਹੀਆਂ ਨੇ ਸੰਗਤਾਂ ਤੇ ਨਾਲ ਨਾਲ ਅਰਦਾਸ ਬੇਨਤੀਆਂ ਵੀ ਹੋ ਰਹੀਆਂ ਹਨ। ਬੰਦਾ ਚੌਦਿਸ ਦੇ ਸੁਖ ਰਾਜ ਤੇ ਚਾਰ ਸਪੇਰੇ ਤੋਂ ਸੰਗਤਾਂ ਜਿਹੜੀਆਂ ਨਮਸਕਾਰਾਂ ਕਰ ਰਹੀਆਂ ਪਾਤਸ਼ਾਹ ਜੀ ਨੂੰ ਕੇਤਕ ਘਟਕਾ ਜਵੈ ਬਿਤਾਈ ਕੁਝ ਕੁ ਘੜੀਆਂ 24 ਮਿੰਟਾਂ ਦੀ ਇੱਕ ਘੜੀ ਹੈ ਦੋ ਚਾਰ ਘੜੀਆਂ ਭਾਵ ਕੇ ਘੰਟਾ ਡੇਢ ਘੰਟੇ ਦਾ ਸਮਾਂ ਜਦੋਂ ਦੀਵਾਨ ਨੂੰ ਸਜੇ ਨੂੰ ਬਤੀਤ ਹੋ ਗਿਆ ਹੈ ਪਾਠ ਜਨ ਲੀਨਸ ਦੂਤ ਬੁਲਾਈ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਆਪ ਹੀ ਨਾ ਇੱਕ ਸੇਵਾਦਾਰ ਸਿੱਖ ਨੂੰ ਭੇਜਿਆ ਵੀ ਜਾਓ ਜਾ ਕੇ ਉਸ ਦੂਤ ਨੂੰ ਬੁਲਾ ਕੇ ਲਿਆਓ ਜਿਹੜਾ ਔਰੰਗਜ਼ੇਬ ਨੇ ਭੇਜਿਆ ਹੈ। ਆਏ ਪਰਵੇਸ਼ਿਓ ਸਭਾ ਆਨੰਦਤ ਜਦੋਂ ਉਹ ਦੂਤ ਆਇਆ ਨਾ ਸਤਿਗੁਰਾਂ ਦੇ ਕੋਲ ਤੇ ਜਦੋਂ ਦੀਵਾਨ ਦੇ ਵਿੱਚ ਉਹ ਆਇਆ ਅੰਦਰ ਤੇ ਬੜਾ ਹੀ ਆਨੰਦ ਦੇ ਸਮੇਤ ਹੋਇਆ ਹੈ। ਚੌਂ ਦਿਸ਼ਮੈ ਪੂਜਤ ਬਰ ਬੰਦਤ ਚਾਰ ਸਫੇਰੇ ਸੰਗਤਾਂ ਬੈਠ ਰਹੀਆਂ ਨਮਸਕਾਰਾਂ ਕਰ ਰਹੀਆਂ ਮਹਾਰਾਜ ਸਾਹਿਬ ਜੀਆਂ ਨੂੰ ਉਸ ਵੇਲੇ ਹਿਰਤ ਨਮ ਭਇਓ ਕਰ ਜੋਰੇ ਇਹ ਵੇਖ ਕੇ ਨਾ ਮਹਾਰਾਜ ਨੂੰ ਬੈਠਿਆਂ ਸਿੰਘਾਸਣ ਤੇ ਇਹਨੇ ਹੱਥ ਜੋੜ ਕੇ ਪਾਤਸ਼ਾਹ ਨੂੰ ਨਮਸਕਾਰ ਕੀਤੀ ਹੈ। ਬੈਠੇ ਹੋ ਜਹਾਂ ਬਤਾਏ ਬਠੌਰੇ ਜਿੱਥੇ ਮਹਾਰਾਜ ਦੇ ਸੇਵਕਾਂ ਨੇ ਆਖਿਆ ਨਾ ਵੀ ਇੱਥੇ ਬੈਠ ਜਾ ਇਹ ਉਸ ਜਗ੍ਹਾ ਦੇ ਉੱਪਰ ਦੂਤ ਜਿਹੜਾ ਚਿੱਠੀ ਲੈ ਕੇ ਆਇਆ ਬੈਠ ਗਿਆ ਹੈ। ਉਹਨੇ ਅੱਗੇ ਉਹਨੇ ਅੱਗੇ ਧਰ ਕਰ ਪ੍ਰਵਾਨ ਜਦੋਂ ਕੁਝ ਸਮਾਂ ਬੈਠਿਆ ਜਿਹੜੀ ਇਹ ਚਿੱਠੀ ਲੈ ਕੇ ਆਇਆ ਸੀ ਨਾ ਔਰੰਗਜ਼ੇਬ ਦੇ ਵੱਲੋਂ ਉਹ ਚਿੱਠੀ ਇਹਨੇ ਮਹਾਰਾਜ ਸਾਹਿਬ ਜੀ ਦੇ ਅੱਗੇ ਰੱਖ ਦਿੱਤੀ ਹੈ। ਨੌ ਰੰਗ ਕੋ ਬਿਰਤਾਂਤ ਬਖਾਨਾ ਤੇ ਕੁਝ ਗੱਲਾਂ ਇਹਨੇ ਜ਼ੁਬਾਨੀ ਕੋਈ ਤੇ ਉਹਨੇ ਚਿੱਠੀ ਵਿੱਚ ਲਿਖੀਆਂ ਸਨ ਕੁਝ ਇਹਨੂੰ ਦੱਸਿਆ ਸੀ ਵੀ ਆਹ ਗੱਲਾਂ ਜ਼ੁਬਾਨੀ ਕਹਿ ਦੇਵੀਂ ਉਹ ਜਿਹੜੀਆਂ ਜ਼ੁਬਾਨੀ ਗੱਲਾਂ ਸਨ ਇਹਨੇ ਬੋਲ ਕੇ ਦੱਸ ਦਿੱਤੀਆਂ ਹਨ। ਯਾਦ ਕਰੇ ਤੁਮ ਕੋ ਪਾਤਸ਼ਾਹ ਨਾਲ ਹੀ ਆਖਿਆ ਮਹਾਰਾਜ ਜੀ ਬਾਦਸ਼ਾਹ ਤੁਹਾਨੂੰ ਯਾਦ ਕਰਦਾ ਪਿਆ ਤੁਹਾਨੂੰ ਮਿਲਣਾ ਚਾਹੁੰਦਾ ਹੈ। ਮੋਹ ਪਠਿਓ ਸ਼ਿਪਰ ਨਿਜ ਪਾਹੁ ਤੇ ਮਹਾਰਾਜ ਮੈਨੂੰ ਛੇਤੀ ਨਾਲ ਹੀ ਉਹਨੇ ਭੇਜਿਆ ਤੇ ਸੁਣਿਆ ਇਹ ਦਿੱਤਾ ਵੀ ਤੁਸੀਂ ਵੀ ਛੇਤੀ ਨਾਲ ਹੀ ਚੱਲੋ
ਦੇਰ ਨਹੀਂ ਲਾਉਣੀ ਹੈ, ਬੜੀ ਛੇਤੀ ਦੇ ਨਾਲ ਤੁਸੀਂ ਪਹੁੰਚਣਾ ਕਰੋ ਜੀ। ਬਣੇ ਆਪ ਕੋ ਚਲਵੋ ਤੂਰਨ। ਸਤਿਗੁਰੂ ਜੀ ਤੁਹਾਨੂੰ ਬੜੀ ਛੇਤੀ ਉੱਥੇ ਪਹੁੰਚਣਾ ਬਣਦਾ, ਛੇਤੀ ਦੇ ਨਾਲ ਉੱਥੇ ਪਹੁੰਚਣਾ ਕਰੋ। ਦੇਹੋ ਦਰਸ਼ਨ ਤਹਿ ਗੁਣਗਨ ਪੂਰਨ। ਸਤਿਗੁਰੂ ਪਾਤਸ਼ਾਹ ਜੀ ਦਰਸ਼ਨ ਦਿਓ ਜਾ ਕੇ ਔਰੰਗਜ਼ੇਬ ਨੂੰ, ਤੁਸੀਂ ਗੁਣਾਂ ਦੇ ਸਮੁੰਦਰ ਹੋ, ਗੁਣਾਂ ਦੇ ਨਾਲ ਭਰੇ ਹੋਏ ਹੋ, ਤੁਹਾਡੇ ਦਰਸ਼ਨ ਉਹ ਕਰਨੇ ਚਾਹੁੰਦਾ ਹੈ। ਅਜ਼ਮਤ ਜ਼ਹਰ ਜਾਏ ਦਿਖਾਵੋ। ਮਹਾਰਾਜ ਤੁਹਾਡੇ ਕੋਲ ਬੜੀਆਂ ਸ਼ਕਤੀਆਂ ਨੇ ਅਤੇ ਬਾਦਸ਼ਾਹ ਉਹ ਕਰਾਮਾਤਾਂ ਵੇਖਣੀਆਂ ਚਾਹੁੰਦਾ। ਦੱਸ ਹੀ ਦਿੱਤਾ ਦੂਤ ਨੇ ਵੀ ਕਿਉਂ ਸੱਦਿਆ ਔਰੰਗਜ਼ੇਬ ਨੇ, ਗੱਲ ਇਹ ਆ ਵੀ ਬਾਦਸ਼ਾਹ ਕਰਾਮਾਤ ਵੇਖਣੀ ਚਾਹੁੰਦਾ ਹੈ। ਕਰੋ ਸ਼ਕਤ ਨਿਜ ਔਰ ਝੁਕਾਵਤ। ਮਹਾਰਾਜ ਵਿਖਾਓ ਸ਼ਕਤੀ ਕਰਾਮਾਤ, ਅਤੇ ਨਾਲੇ ਕਰਾਮਾਤ ਦੇ ਨਾਲ ਉਹਨੂੰ ਆਪਣੇ ਵੱਲ ਝੁਕਾ ਲਓ, ਆਪਣੇ ਵੱਲ ਉਹਨੂੰ ਕਰ ਲਓ। ਕਿਉਂਕਿ ਦੁਨੀਆ ਦੇ ਜਿਹੜੇ ਆਮ ਸਾਧੂ ਨੇ ਨਾ, ਆਮ ਲੋਕ ਨੇ ਨਾ, ਉਹ ਚਾਹੁੰਦੇ ਨੇ ਸਰਕਾਰਾਂ ਦੇ ਨਾਲ ਮੇਲ ਮਿਲਾਪ ਬਣਿਆ ਰਹੇ, ਅਤੇ ਇਹੋ ਹੀ ਦੂਤ ਗੱਲ ਕਹਿ ਰਿਹਾ ਮਹਾਰਾਜ ਕੁਝ ਕਰਾਮਾਤ ਵਿਖਾਓ ਅਤੇ ਬਾਦਸ਼ਾਹ ਨੂੰ ਆਪਣੇ ਵੱਲ ਕਰ ਲੈਣਾ ਕਰੋ। ਕਰਾਮਾਤ ਚਾਹਤ ਹੈ ਦੇਖਾ। ਅਤੇ ਮਹਾਰਾਜ ਉਹ ਵੇਖਣਾ ਚਾਹੁੰਦਾ ਕਰਾਮਾਤ, ਤੁਹਾਨੂੰ ਤਾਂ ਸੱਦਿਆ, ਤੁਹਾਨੂੰ ਤਾਂ ਬੁਲਾਇਆ ਕਿ ਉਹ ਬਾਦਸ਼ਾਹ ਕਰਾਮਾਤ ਵੇਖਣੀ ਚਾਹੁੰਦਾ ਹੈ। ਨਿਤ ਅਭਿਲਾਖਾਂ ਵਧੀ ਵਿਸ਼ੇਖਾ। ਉਹਦੇ ਮਨ ਵਿੱਚ ਬੜੀ ਇੱਛਾ ਵਧੀ ਹੈ ਜਿਵੇਂ ਕਿਵੇਂ ਕਰਕੇ ਵੀ ਤੁਸੀਂ ਉਸਨੂੰ ਕਰਾਮਾਤ ਵਿਖਾਉਣੀ ਕਰੋ। ਬਿਨ ਦੇਖੇ ਸੋ ਕਿਉਂ ਹੋ ਨਾ ਟਰ। ਮਹਾਰਾਜ ਕਰਾਮਾਤ ਵੇਖੀ ਤੋਂ ਬਿਨਾਂ ਗੱਲ ਬੰਨੀ ਨਹੀਂ ਹੈ, ਟਲਣਾ ਨਹੀਂ। ਬਾਦਸ਼ਾਹ ਜਿੱਦੀ ਹੈ, ਜਿੱਦੀ ਸੁਭਾਅ ਦਾ, ਜਿੰਨਾ ਚਿਰ ਵਿਖਾਉਂਦੇ ਨਹੀਂ ਨਾ ਉਨਾ ਚਿਰ ਇਹ ਗੱਲ ਟਲਣੀ ਨਹੀਂ ਹੈ। ਬਿਦਤ ਹਟੀ ਅਤ ਹਠ ਕੋ ਧਰੈ। ਉਹ ਬਾਦਸ਼ਾਹ ਬੜਾ ਹੱਠ ਵਾਲਾ ਹੈ, ਇਹ ਗੱਲ ਪ੍ਰਗਟ ਹੀ ਹੈ, ਸਾਰੇ ਜਾਣਦੇ ਵੀ ਉਹ ਬੜਾ ਜ਼ਿਆਦਾ ਹੱਠ ਕਰਦਾ ਹੈ। ਗੁਰ ਪ੍ਰਤਾਪ ਇੱਕ ਮਤ ਬਿਰਮਾਈ। ਸਤਿਗੁਰੂ ਜੀ ਤੁਹਾਡਾ ਪ੍ਰਤਾਪ ਵੇਖ ਕੇ ਅਤੇ ਉਹਦੀ ਮਤ ਜਿਹੜੀ ਹੈ ਨਾ ਉਹ ਬੜੀ ਭਰਮ ਗਈ ਹੈ, ਉਹ ਤਾਂ ਤੁਹਾਨੂੰ ਹੁਣ ਬੁਲਾਉਣਾ ਹੀ ਚਾਹੁੰਦਾ, ਤੁਹਾਡੇ ਕੋਲੋਂ ਸਭ ਕੁਝ ਵੇਖਣਾ ਚਾਹੁੰਦਾ ਹੈ। ਭਨੇ ਦੂਤ ਬਚ ਮਧੁਰਤਾਈ। ਅਤੇ ਇਸ ਤਰ੍ਹਾਂ ਦੇ ਜਿਹੜੇ ਨੇ ਨਾ ਬਚਨ, ਦੂਤ ਬੜਾ ਸਿਆਣਾ, ਬੜੀਆਂ ਮਿੱਠੀਆਂ ਮਿੱਠੀਆਂ ਗੱਲਾਂ ਦੇ ਨਾਲ ਵੀ ਗੱਲ ਕਹਿ ਵੀ ਦਿੱਤੀ ਹੈ, ਮਹਿਸੂਸ ਵੀ ਨਾ ਹੋਵੇ, ਦੱਸ ਦਿੱਤਾ ਵੀ ਬਾਦਸ਼ਾਹ ਸ਼ਕਤੀ ਵੇਖਣੀ ਚਾਹੁੰਦਾ, ਕਰਾਮਾਤ ਵੇਖਣੀ ਚਾਹੁੰਦਾ। ਜਦੋਂ ਸਾਰੇ ਇਹ ਬਚਨ ਇਸ ਦੂਤ ਨੇ ਆਖੇ ਹਨ, ਸੁਣ ਸਤਿਗੁਰ ਡੇਰਾ ਕਰਵਾਏ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਸੁਣੇ ਬਚਨ, ਅਤੇ ਸੁਣ ਕੇ ਮਹਾਰਾਜ ਦੂਤ ਨੂੰ ਕਹਿਣ ਲੱਗੇ ਵੀ ਤੂੰ ਇੱਥੇ ਡੇਰਾ ਕਰਨਾ ਕਰ, ਖਾਣ ਪਾਣ ਸਨਮਾਨ ਦਵਾਏ। ਅਤੇ ਸਤਿਗੁਰਾਂ ਨੇ ਸਿੱਖਾਂ ਨੂੰ ਆਖਿਆ ਭਾਈ ਇਹਦੇ ਰਹਿਣ ਦਾ ਪ੍ਰਬੰਧ ਕਰੋ, ਕਿਉਂਕਿ ਬਾਦਸ਼ਾਹ ਦੀ ਚਿੱਠੀ ਹੈ, ਛੇਤੀ ਨਾਲ ਹਾਂ ਨਾ ਦਾ ਕੋਈ ਜਵਾਬ ਦਿੱਤਾ ਨਹੀਂ ਜਾ ਸਕਦਾ, ਇਹਨੂੰ ਰੱਖੋ ਇੱਥੇ, ਕੋਈ ਦੋ ਚਾਰ ਦਿਨ ਰਹੇਗਾ, ਇੰਨੇ ਚਿਰ 'ਚ ਆਪਾਂ ਵੀ ਸਲਾਹ ਕਰ ਲਵਾਂਗੇ ਅਤੇ ਸਲਾਹ ਕਰਕੇ ਫਿਰ ਜਿਹੜੀ ਯੋਜਨਾ ਬਣਾਉਣੀ ਹੈ ਬਣਾ ਲਵਾਂਗੇ। ਇਸ ਤਰ੍ਹਾਂ ਕਹਿ ਕੇ ਮਹਾਰਾਜ ਜੀਆਂ ਨੇ ਉਸ ਦੂਤ ਨੂੰ ਡੇਰਾ ਕਰਨ ਵਾਸਤੇ ਜਗ੍ਹਾ ਦੇ ਦਿੱਤੀ ਹੈ। ਪਿਤਕ ਦੇਰ ਗੁਰਦਰਸ਼ਨ ਦੀਨਸ। ਇਸ ਨੇ ਕੁਝ ਕੁ ਸਮਾਂ ਦੂਤ ਬੈਠਾ ਰਿਹਾ ਮਹਾਰਾਜ ਦੇ ਕੋਲ ਦਰਸ਼ਨ ਦਿਦਾਰੇ ਕਰਕੇ। ਪੂਰ ਕਾਮਨਾ ਸੰਗਤ ਕੀਨਸ। ਅਤੇ ਸਤਿਗੁਰੂ ਬੈਠੇ ਹੋਏ ਸੰਗਤਾਂ ਦੀਆਂ ਮਨ ਦੀਆਂ ਕਾਮਨਾਵਾਂ ਭਾਵਨਾਵਾਂ ਮਹਾਰਾਜ ਪੂਰੀਆਂ ਕਰ ਰਹੇ ਹਨ। ਹੁਣ ਅੰਤਹਿਪੁਰ ਕੋ ਗੁਰ ਗਏ। ਅਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਫਿਰ ਦੀਵਾਨ ਦੀ ਸਮਾਪਤੀ ਹੋਈ, ਦੀਵਾਨ ਦੇ ਵਿੱਚੋਂ ਉੱਠੇ ਮਹਾਰਾਜ ਗੁਰੂ ਹਰਿਰਾਏ ਸਾਹਿਬ ਜੀ ਆਪਣੇ ਘਰ ਨੂੰ, ਮਹਿਲਾਂ ਨੂੰ ਚਲੇ ਗਏ ਹਨ। ਸੋ ਸਰਵਰੀ ਬਿਤਾਵਤ ਭਏ। ਉਹ ਜਿਹੜੀ ਰਾਤ ਹੈ ਨਾ ਜਿਸ ਦਿਨ ਦੂਤ ਆਇਆ ਸੀ, ਇਹ ਰਾਤ ਮਹਾਰਾਜ ਨੇ ਆਪਣੇ ਮਹਿਲਾਂ ਵਿੱਚ ਆਪਣੇ ਘਰ ਵਿੱਚ ਬਤੀਤ ਕੀਤੀ ਹੈ। ਬਹੁਤ ਭੋਰ ਪੁਨ ਸਭਾ ਲਗਾਈ। ਜਦੋਂ ਦਿਨ ਚੜ੍ਹਿਆ ਨਾ ਅਗਲਾ, ਹੁਣ ਬਾਦਸ਼ਾਹ ਦੀ ਚਿੱਠੀ ਹੈ, ਕੁਝ ਨਾ ਕੋਈ ਤਾਂ ਜਵਾਬ ਦੇਣਾ ਪਵੇਗਾ। ਪਾਤਸ਼ਾਹ ਜੀ ਨੇ ਫਿਰ ਸਭਾ ਲਗਾਈ, ਉਸ ਵੇਲੇ ਦੀਵਾਨ ਸਜਾਇਆ ਹੈ। ਸਰਬ ਹਕਾਰਨ ਕਰੇ ਤਦਾਈ। ਅਤੇ ਜਿੰਨੇ ਵੀ ਮਹਾਰਾਜ ਦੇ ਜਾਣ ਪਛਾਣ ਵਾਲੇ ਸਨ ਸਾਰਿਆਂ ਨੂੰ ਪਾਤਸ਼ਾਹ ਨੇ ਬੁਲਾਇਆ ਹੈ। ਮੁਖਿਆ ਸਭਨ ਮਹਿ ਬੇਦੀ ਆਏ।
ਬੇਦੀ ਕੁੱਲ ਜਿਹੜੀ ਹੈ ਨਾ ਗੁਰੂ ਨਾਨਕ ਸਾਹਿਬ ਦੀ ਹੈ। ਜਿਹੜੇ ਬੇਦੀਆਂ ਦੇ ਮੁਖੀ ਮੁਖੀ ਬੰਦੇ ਸਨ ਉਹ ਬੁਲਾਏ ਮਹਾਰਾਜ ਨੇ ਵੀ ਆਓ ਭਾਈ ਇੱਕ ਵੱਡਾ ਫੈਸਲਾ ਕਰਨਾ, ਤੁਹਾਡੀ ਸਾਰਿਆਂ ਦੀ ਸਹਿਮਤੀ ਚਾਹੀਦੀ ਹੈ। ਬੇਦੀਆਂ ਦੀ ਕੁੱਲ ਜਿਹੜੀ ਹੈ ਉਹਨਾਂ ਦੇ ਕੁੱਲ ਦੇ ਜਿਹੜੇ ਮੁਖੀ ਬੰਦੇ ਨੇ ਮਹਾਰਾਜ ਨੇ ਬੁਲਾਏ ਹਨ, ਤ੍ਰੇਹਣ ਕੁੱਲ ਭੱਲ ਬੁਲਵਾਏ। ਇਸੇ ਤਰ੍ਹਾਂ ਤ੍ਰੇਹਣ ਕੁੱਲ ਗੁਰੂ ਅੰਗਦ ਸਾਹਿਬ ਦੀ ਹੈ। ਗੁਰੂ ਅੰਗਦ ਸਾਹਿਬ ਦੀ ਪੀੜ੍ਹੀ ਵਿੱਚੋਂ, ਖਾਨਦਾਨ ਵਿੱਚੋਂ ਜਿਹੜੇ ਉਸ ਵੇਲੇ ਦੇ ਮੁੱਖ ਮੁੱਖ ਸਿੱਖ ਸਨ ਉਹਨਾਂ ਨੂੰ ਬੁਲਾਇਆ ਹੈ। ਇਹਨਾਂ ਤੋਂ ਬਾਅਦ ਵਿੱਚ ਭੱਲੇ ਕੁੱਲ ਗੁਰੂ ਅਮਰਦਾਸ ਦੀ ਹੈ। ਗੁਰੂ ਅਮਰਦਾਸ ਪਾਤਸ਼ਾਹ ਦੀ ਜਿਹੜੀ ਅੰਸ ਬੰਸ ਹੈ, ਖਾਨਦਾਨ ਹੈ, ਉਹਦੇ ਵਿੱਚੋਂ ਜਿਹੜੇ ਸਿਆਣੇ ਗੁਰਸਿੱਖ ਉਹਨਾਂ ਨੂੰ ਬੁਲਾਇਆ ਹੈ। ਸੋਢੀ ਵੀਰ ਵਿਸਾਲ ਹਕਾਰੇ। ਇਸੇ ਤਰ੍ਹਾਂ ਸੋਢੀ ਕੁੱਲ ਗੁਰੂ ਰਾਮਦਾਸ ਪਾਤਸ਼ਾਹ ਦੀ, ਸੋਢੀਆਂ ਦੀ ਕੁੱਲ ਦੇ ਜਿਹੜੇ ਮੋਹਤਬਾਰ ਗੁਰਸਿੱਖ ਨੇ ਉਹਨਾਂ ਨੂੰ ਵੀ ਆਪਣੇ ਕੋਲ ਬੁਲਾਇਆ ਹੈ। ਆਏ ਸਕਲ ਸਤਿਗੁਰ ਪਰਿਵਾਰ। ਇਹ ਸਾਰੇ ਪਰਿਵਾਰ ਗੁਰੂ ਪਾਤਸ਼ਾਹ ਦੇ, ਗੁਰੂ ਨਾਨਕ ਸਾਹਿਬ ਦੇ, ਗੁਰੂ ਅੰਗਦ ਸਾਹਿਬ ਦੇ, ਗੁਰੂ ਅਮਰਦਾਸ ਪਾਤਸ਼ਾਹ, ਗੁਰੂ ਰਾਮਦਾਸ ਪਾਤਸ਼ਾਹ, ਸਤਿਗੁਰਾਂ ਦੇ ਪਰਿਵਾਰ ਖਾਨਦਾਨ ਜਿਹੜੇ ਨੇ ਸਾਰੇ ਚੱਲ ਕੇ ਆਏ ਹਨ। ਪਰਮ ਜੋਤ ਸੂਰਜ ਉਜਿਆਰਾ। ਅਤੇ ਸਤਿਗੁਰਾਂ ਦੇ ਮੱਥੇ ਦੇ ਉੱਪਰ ਜਲਾਲ ਜਿਹੜਾ ਨਾ ਚੜ੍ਹਦੇ ਸੂਰਜ ਦੇ ਵਾਂਗ ਪਾਤਸ਼ਾਹ ਦੀ ਸੁਭਾ ਹੋ ਰਹੀ ਹੈ। ਰਹਿਓ ਪ੍ਰਕਾਸ਼ ਸਮੂਹ ਮਝਾਰਾ। ਅਤੇ ਸਾਰਿਆਂ ਦੇ ਸਾਹਮਣੇ ਪਾਤਸ਼ਾਹ ਜੀ ਦੇ ਨੂਰਾਨੀ ਚਿਹਰੇ ਦਾ ਕਹਿੰਦੇ ਬਹੁਤ ਜ਼ਿਆਦਾ ਪ੍ਰਕਾਸ਼ ਹੋ ਰਿਹਾ ਹੈ। ਮੋਹ ਤਪਤ ਅਤਸ਼ਾ ਜਰ ਖੋਵਾ। ਕਹਿਣ ਲੱਗੇ ਵੀ ਮੋਹ ਰੂਪੀ ਜਿਹੜੀ ਤਪਸ਼ ਹੈ ਨਾ ਸਤਿਗੁਰੂ ਨੂੰ ਨਾਸ ਕਰਨ ਵਾਲੇ, ਜਿਵੇਂ ਚੰਦਰਮਾ ਦੀ ਚਾਂਦਨੀ ਹੈ ਨਾ, ਚੰਦਰਮਾ ਦੀ ਚਾਂਦਨੀ ਠੰਡੀ ਮੰਨੀ ਜਾਂਦੀ ਹੈ, ਠੰਡੀ ਰਾਤ ਦਿਨ ਦੀ ਗਰਮੀ ਨੂੰ ਦੂਰ ਕਰ ਦਿੰਦੀ ਹੈ। ਸਤਿਗੁਰਾਂ ਦਾ ਨੂਰਾਨੀ ਚਿਹਰਾ ਚੰਦਰਮਾ ਦੀ ਚਾਂਦਨੀ ਵਰਗਾ ਹੈ, ਜਿਹੜਾ ਮੋਹ ਰੂਪੀ ਤਪਸ਼ ਨੂੰ ਦੂਰ ਕਰਨ ਵਾਲਾ ਹੈ। ਗਿਆਨ ਕਲਾ ਤੇ ਪੂਰਮ ਹੋਵਾ। ਅਤੇ ਸਤਿਗੁਰੂ ਪਾਤਸ਼ਾਹ ਜੀ ਗਿਆਨ ਕਲਾ ਦੇ ਸਮੇਤ ਨੇ, ਕਲਾ ਨਾਮ ਕਿਰਨਾਂ ਦਾ, ਗਿਆਨ ਦੀਆਂ ਕਿਰਨਾਂ ਦੇ ਸਮੇਤ ਪਰਿਪੂਰਨ ਨੇ, ਜਿਵੇਂ ਪੂਰਨਮਾ ਦਾ ਚੰਦਰਮਾ ਹੁੰਦਾ ਹੈ। ਕੀਰਤ ਬਿਮਲ ਚੰਦਰ ਕਾ ਚਾਰੂ। ਸਤਿਗੁਰਾਂ ਦੀ ਸੁੰਦਰ ਕੀਰਤੀ ਹੋ ਰਹੀ ਹੈ, ਪਾਤਸ਼ਾਹ ਜੀ ਇਸ ਤਰ੍ਹਾਂ ਸੁੰਦਰ ਕੀਰਤੀ ਦੇ ਸਮੇਤ ਹਨ। ਹਸ ਰੰਗ ਕਾਪਤ ਸ਼ੁਭਤ ਉਦਾਰੂ। ਸਤਿਗੁਰੂ ਜੀ ਇਸ ਤਰ੍ਹਾਂ ਪੂਰਨਮਾਸ਼ੀ ਦੇ ਚੰਦਰਮੇ ਵਾਂਗ ਸ਼ੋਭਾ ਪਾ ਰਹੇ ਹਨ। ਅਜ਼ਮਤ ਸਾਹਿਬ ਸਭਾ ਸਦ ਸਾਰੇ। ਇਹ ਸਾਰੀ ਸਭਾ ਜਿਹੜੀ ਹੈ ਨਾ ਦੀਵਾਨ ਵਿੱਚ ਸਾਰੇ ਪਰਿਵਾਰ ਬੁਲਾਏ ਸਨ, ਆ ਕੇ ਬੈਠੇ ਹਨ। ਚੌਂਦਿਸਮੈ ਉਡਗਨ ਪਰਿਵਾਰੇ। ਜਿਵੇਂ ਚੰਦਰਮਾ ਦੇ ਚਾਰ ਚੁਫੇਰੇ ਤਾਰੇ ਚਮਕਦੇ ਨੇ, ਗੁਰੂ ਹਰਿਰਾਏ ਸਾਹਿਬ ਜੀਆਂ ਦੇ ਚਾਰ ਚੁਫੇਰੇ ਸਿੱਖ ਬੈਠੇ ਤਾਰਿਆਂ ਦੇ ਵਾਂਗ ਸ਼ੋਭਾ ਪਾ ਰਹੇ ਹਨ। ਅੰਮ੍ਰਿਤ ਬਾਕ ਅਵਧਿਆ ਮ੍ਰਿਤ। ਸਤਿਗੁਰੂ ਪਾਤਸ਼ਾਹ ਜੀ ਦੇ ਜਿਹੜੇ ਬਚਨ ਨੇ ਨਾ, ਇਹ ਅੰਮ੍ਰਿਤ ਨੇ। ਜਿਵੇਂ ਕਹਿੰਦੇ ਨਾ, ਚੰਦਰਮਾ ਦੇ ਵਿੱਚੋਂ ਅੰਮ੍ਰਿਤ ਚੁੰਦਾ ਹੈ, ਅੰਮ੍ਰਿਤ ਵਰਦਾ ਹੈ, ਅੰਮ੍ਰਿਤ ਵਰਸਦਾ, ਸਤਿਗੁਰਾਂ ਦੇ ਬਚਨਾਂ ਤੋਂ ਅੰਮ੍ਰਿਤ ਵਰਸ ਰਿਹਾ ਹੈ, ਕਹਿੰਦੇ ਐਸੀ ਸ਼ੋਭਾ ਹੋ ਰਹੀ ਹੈ। ਕਰੈ ਉਬਾਰਨ ਸਿੱਖੋ ਹਿਤ ਤੇ। ਸਤਿਗੁਰੂ ਪਾਤਸ਼ਾਹ ਜੀ ਸਿੱਖਾਂ ਦਾ ਭਲਾ ਕਰਨ ਵਾਲੇ ਹਨ। ਦੇਵਰਾਜ ਦੇਵਨ ਮੈਂ ਜੈਸੇ। ਕਹਿੰਦੇ ਜਿਸ ਤਰ੍ਹਾਂ ਦੇਵਤਿਆਂ ਦਾ ਰਾਜਾ ਇੰਦਰ ਦੇਵਤਿਆਂ ਦੇ ਵਿੱਚ ਬੈਠਾ ਸੁਭਾ ਪਾਉਂਦਾ ਹੈ, ਇਹ ਸੁਭਾਏ ਮਾਨ ਗੁਰ ਐਸੇ। ਸਤਿਗੁਰੂ ਜੀ ਇਸੇ ਤਰ੍ਹਾਂ ਗੁਰਸਿੱਖਾਂ ਦੇ ਵਿੱਚ ਸੁਭਾਏ ਮਾਨ ਹੋ ਰਹੇ, ਸੁਭਾ ਦੇ ਸਮੇਤ ਹੋ ਰਹੇ ਹਨ। ਸਭ ਹਨ ਮੈਂ ਗੁਰਬਾਕ ਬਖਾਨਾ। ਸਤਿਗੁਰੂ ਪਾਤਸ਼ਾਹ ਜੀ ਸਾਰਿਆਂ ਦੇ ਵਿੱਚ ਇਸ ਤਰ੍ਹਾਂ ਬਚਨ ਕਹਿਣ ਲੱਗੇ ਹਨ। ਓਮ ਸਗਰੇ ਪੂਜਨ ਅਸਥਾਨਾ। ਮਹਾਰਾਜ ਕਹਿਣ ਲੱਗੇ ਭਾਈ ਗੁਰਸਿੱਖੋ, ਜਿੰਨੇ ਚੱਲ ਕੇ ਆਏ ਹੋ ਤੁਸੀਂ ਸਾਰੇ ਪੂਜਣ ਯੋਗ ਹੋ, ਸਤਿਕਾਰ ਯੋਗ ਹੋ, ਜਿੰਨੇ ਵੀ ਚੱਲ ਕੇ ਸਾਡੇ ਬੁਲਾਵੇ ਤੇ ਆਏ ਹੋ। ਵੱਡੇ ਗੁਰਨ ਕੇ ਬੰਸ ਬਸਾਲੇ। ਤੁਸੀਂ ਵੱਡਿਆਂ ਸਤਿਗੁਰਾਂ ਦੀ ਬੰਸ ਹੋ, ਗੁਰੂ ਨਾਨਕ ਸਾਹਿਬ ਦੀ ਬੰਸ, ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਪਾਤਸ਼ਾਹ ਦੀ ਬੰਸ, ਤੁਸੀਂ ਵੱਡੇ ਸਤਿਗੁਰਾਂ ਦੀ ਬੰਸ ਹੋ, ਇਸ ਕਰਕੇ ਪੂਜਣ ਯੋਗ ਹੋ, ਸਤਿਕਾਰ ਯੋਗ ਹੋ। ਵਿਦਤ ਸਰੋਵਰ ਮਹਿਦ ਉਜਾਲੇ। ਅਤੇ ਜਿਸ ਤਰ੍ਹਾਂ ਸਰੋਵਰ ਦੇ ਵਿੱਚ ਕਮਲ ਦਾ ਫੁੱਲ ਖਿੜਦਾ ਨਾ ਅਤੇ ਪ੍ਰਗਟ ਹੁੰਦਾ, ਇਹ ਗੁਰੂ ਘਰ ਖਾਨਦਾਨ ਜਿਹੜਾ ਸਰੋਵਰ ਦੇ ਵਾਂਗ ਹੈ,
ਤੁਸੀਂ ਕਮਲ ਫੁੱਲ ਦੇ ਵਾਂਗ ਇਸ ਖਾਨਦਾਨ ਵਿੱਚ ਆ ਕੇ ਪੈਦਾ ਹੋਏ ਹੋ। ਬਿਮਲ ਕਮਲ ਤਿੰਨ ਮੈਂ ਤੁਮ ਭਏ, ਇਸ ਤਰ੍ਹਾਂ ਸੋਹਣੇ ਸੁੰਦਰ ਕਮਲ ਫੁੱਲ ਹੋਏ ਹੋ। ਸੌਰਭ ਸੁਜ ਸਹਿਤ ਦੁਤਮਏ, ਤੇ ਪਾਤਸ਼ਾਹ ਕਹਿਣ ਲੱਗੇ ਇਸ ਤਰ੍ਹਾਂ ਸੁਗੰਧੀ ਦੇ ਸਮੇਤ ਤੁਸੀਂ ਸੋਭਾ ਪਾ ਰਹੇ। ਅਜ਼ਮਤ ਮੈਂ ਪੂਰਨ ਸਭ ਭਾਂਤੀ, ਸਾਰੀਆਂ ਸ਼ਕਤੀਆਂ ਵਿੱਚ ਪਰਿਪੂਰਨ, ਤੁਹਾਡੇ ਵਿੱਚ ਘਾਟ ਕਿਸੇ ਵਿੱਚ ਕੋਈ ਨਹੀਂ ਹੈ। ਹੱਥ ਹੋ ਬਿਗਨ ਜਿਮ ਸੂਰਜ ਰਾਤੀ, ਜਿਵੇਂ ਸੂਰਜ ਦੀਆਂ ਕਿਰਨਾਂ ਦੇ ਨਾਲ ਹਨੇਰਾ ਦੂਰ ਹੁੰਦਾ ਹੈ, ਤੁਹਾਡੇ ਬਚਨਾਂ ਦੇ ਨਾਲ ਗੁਰਸਿੱਖਾਂ ਦੇ ਦੁੱਖ ਦੂਰ ਹੁੰਦੇ ਨੇ। ਇਸ ਤਰ੍ਹਾਂ ਦੇ ਬਚਨ ਗੁਰੂ ਹਰਿਰਾਏ ਸਾਹਿਬ ਜੀ, ਇਹ ਜਿਹੜੇ ਸਤਿਗੁਰਾਂ ਦੇ ਪਰਿਵਾਰ ਆਏ ਨੇ, ਗੁਰਾਂ ਦੇ ਬੱਚੇ ਆਏ ਨੇ, ਉਹਨਾਂ ਨੂੰ ਕਹਿ ਰਹੇ ਹਨ। ਦਿੱਲੀ ਪਤ ਨੌਰੰਗ ਤੁਰਕੇਸ਼, ਅਤੇ ਸੰਗਤਾਂ ਬੈਠੀਆਂ। ਹੁਣ ਮਹਾਰਾਜ ਨੇ ਗੱਲ ਸ਼ੁਰੂ ਕੀਤੀ ਹੈ, ਕਹਿਣ ਲੱਗੇ ਗੁਰੂ ਕੀ ਸੰਗਤ, ਗੱਲ ਇਹ ਹੈ ਵੀ ਦਿੱਲੀ ਤੋਂ ਬਾਦਸ਼ਾਹ ਔਰੰਗਜ਼ੇਬ ਜਿਹੜਾ ਹੈ ਨਾ, ਉਸ ਬਾਦਸ਼ਾਹ ਔਰੰਗਜ਼ੇਬ ਨੇ ਤੁਰਕ ਦੀਨ ਮੈਂ ਹਠੀ ਵਿਸ਼ੇਸ਼, ਜਿਹੜਾ ਕਿ ਇਸਲਾਮ ਧਰਮ ਦੇ ਵਿੱਚ ਬੜਾ ਹਠੀ ਹੈ, ਸਾਰਿਆਂ ਨੂੰ ਇਸਲਾਮੀ ਬਣਾਉਣਾ ਚਾਹੁੰਦਾ, ਸਾਰਿਆਂ ਨੂੰ ਮੁਸਲਮਾਨ ਬਣਾਉਣਾ ਚਾਹੁੰਦਾ, ਇਹੋ ਜਿਹਾ ਜਿਹੜਾ ਬਾਦਸ਼ਾਹ ਔਰੰਗਜ਼ੇਬ ਹੈ। ਗੁਰ ਘਰ ਕੀ ਮਹਿਮਾ ਤਿੰਨ ਸੁਣੀ, ਉਸ ਬਾਦਸ਼ਾਹ ਔਰੰਗਜ਼ੇਬ ਨੇ ਗੁਰੂ ਘਰ ਦੀ ਮਹਿਮਾ ਸੁਣੀ ਹੈ, ਕਿਸੇ ਕੋਲੋਂ ਵਡਿਆਈ ਸੁਣੀ ਹੈ। ਸਭ ਜਗ ਵਿਦਤ ਅਨੇਕਨ ਭਨੀ, ਅਤੇ ਇਹ ਸਾਰੀ ਦੁਨੀਆਂ ਨੂੰ ਪਤਾ ਵੀ ਗੁਰੂ ਘਰ ਦੀ ਬੜੀ ਵਡਿਆਈ ਹੈ, ਸਾਰੀ ਦੁਨੀਆਂ ਇਹ ਗੱਲ ਕਹਿੰਦੀ ਸੁਣਦੀ ਹੈ। ਕਰਾਮਾਤ ਚਾਹਤ ਹੈ ਦੇਖਾ, ਹੁਣ ਉਹ ਬਾਦਸ਼ਾਹ ਕਰਾਮਾਤ ਵੇਖਣੀ ਚਾਹੁੰਦਾ, ਜਿਹੜਾ ਦਿੱਲੀ ਦੇ ਤਖ਼ਤ 'ਤੇ ਬੈਠਾ ਨਾ ਔਰੰਗਜ਼ੇਬ। ਗੁਰੂ ਹਰਿਰਾਏ ਸਾਹਿਬ ਸੰਗਤ ਦੇ ਵਿੱਚ ਸਲਾਹ ਕਰ ਰਹੇ ਨੇ, ਇਹ ਨਹੀਂ ਵੀ ਅਸੀਂ ਗੁਰੂਆਂ ਜੋ ਮਰਜ਼ੀ ਫੈਸਲਾ ਕਰੀਏ, ਨਹੀਂ, ਸੰਗਤ ਦਾ ਫੈਸਲਾ ਲੈ ਰਿਹਾ ਵੀ ਸੰਗਤ ਕੀ ਕਹਿੰਦੀ ਹੈ। ਕਹਿੰਦੇ ਵੀ ਉਹ ਜਿਹੜਾ ਬਾਦਸ਼ਾਹ ਹੈ ਨਾ ਭਾਈ, ਉਹ ਕਰਾਮਾਤ ਵੇਖਣੀ ਚਾਹੁੰਦਾ ਹੈ। ਪਠਿਆ ਦੂਤ ਅਭਿਲਾਗ ਵਿਸ਼ੇਖਾ, ਅਤੇ ਉਹਨਾਂ ਨੇ ਦੂਤ ਭੇਜਿਆ, ਦੂਤ ਚਿੱਠੀ ਲੈ ਕੇ ਆਇਆ ਸਾਨੂੰ ਸੱਦਣ ਵਾਸਤੇ, ਇਹ ਉਸਨੇ ਅਭਲਾਖਾ ਇੱਛਾ ਕੀਤੀ ਹੈ ਵੀ ਮਹਾਰਾਜ ਮੈਨੂੰ ਮਿਲਣਾ ਕਰੋ। ਗੁਰਘਰ ਜੀ ਗੁਰਘਰ ਕੀ ਜੋ ਰੱਖੇ ਲਾਜ, ਅਤੇ ਹੁਣ ਗੁਰੂ ਘਰ ਦੀ ਕਿਹੜਾ ਲਾਜ ਰੱਖੇ ਭਾਈ, ਮਹਾਰਾਜ ਫਰਮਾਉਂਦੇ ਹਨ ਪਰ ਉਪਕਾਰ ਹੇਤ ਇਹ ਕਾਰਜ, ਇਹ ਕਾਰਜ ਪਰਉਪਕਾਰ ਕਰਨ ਵਾਸਤੇ ਹੈ। ਤੁਹਾਨੂੰ ਸਾਰਿਆਂ ਨੂੰ ਤਾਂ ਬੁਲਾਇਆ, ਕੋਈ ਬਾਅਦ ਵਿੱਚ ਇਹ ਨਾ ਕਹੇ ਵੀ ਮਹਾਰਾਜ ਮੈਨੂੰ ਕਹਿੰਦੇ ਅਤੇ ਮੈਂ ਚਲੇ ਜਾਂਦਾ। ਹੁਣ ਤੁਸੀਂ ਸਾਰੇ ਆਏ ਹੋ, ਕੋਈ ਇਹੋ ਜਿਹਾ ਗੁਰਸਿੱਖ ਹੈ ਜਿਹੜਾ ਹੁਣ ਜਾਵੇ ਅਤੇ ਬਾਦਸ਼ਾਹ ਨੂੰ ਜੋ ਚਾਹੁੰਦਾ ਉਹ ਵਿਖਾਵੇ, ਇਹ ਪਰਉਪਕਾਰ ਦਾ ਕੰਮ ਹੈ। ਅਤੇ ਕੋਈ ਹੈ ਕੋਈ ਗੁਰਸਿੱਖ ਇਹੋ ਜਿਹਾ ਜਿਹੜਾ ਇਸ ਕੰਮ ਦੇ ਜਾਣ ਵਾਸਤੇ ਤਿਆਰ ਹੋਵੇ? ਸ਼ਕਤਵੰਤ ਔਰ ਧੀਰਜ ਧਾਰੀ, ਅਤੇ ਬੰਦਾ ਇਹੋ ਜਿਹਾ ਭੇਜਣਾ ਜਿਹਦੇ ਕੋਲੋਂ ਕਰਾਮਾਤਾਂ ਵੀ ਹੋਣ, ਜਿਹਦੇ ਕੋਲ ਧੀਰਜ ਵੀ ਹੋਵੇ, ਹੌਸਲਾ ਵੀ ਹੋਵੇ। ਇਹ ਨਹੀਂ ਵੀ ਉਹ ਧੀਰਜ ਤੋਂ ਖਾਲੀ ਹੋਵੇ, ਝੱਟ ਹੀ ਆਪੇ ਤੋਂ ਬਾਹਰ ਹੋ ਜਾਵੇ। ਧੀਰਜ ਵੀ ਹੋਵੇ, ਹੌਸਲਾ ਵੀ ਹੋਵੇ, ਔਰ ਕਰਾਮਾਤ ਵੀ ਹੋਵੇ। ਕੋਈ ਇਹੋ ਜਿਹਾ ਹੈ ਤੁਹਾਡੇ ਵਿੱਚ ਜਿੰਨੇ ਜਾਣੇ ਬੈਠੇ ਹੋ, ਕੋਈ ਜਾਣਾ ਚਾਹੁੰਦਾ ਰੰਗੇ ਦੇ ਕੋਲ, ਕੋਈ ਹੈ ਤੇ ਭਾਈ ਵਿਚਾਰ ਕਰਨੀ ਕਰੋ। ਸੁਗੁਣ ਸਹਿਤ ਹੋਏ ਸਭਾ ਮਝਾਰੀ, ਤੇ ਦੂਜੀ ਗੱਲ ਇਹ ਹੈ ਵੀ ਸਮੇਤ ਗੁਣਾਂ ਦੇ ਹੋਵੇ, ਉਹਦੇ ਵਿੱਚ ਗੁਣ ਵੀ ਹੋਣੇ ਚਾਹੀਦੇ ਤੇ ਗੁਣ ਵੀ ਸ੍ਰੇਸ਼ਟ ਹੋਣੇ ਚਾਹੀਦੇ ਨੇ। ਸ੍ਰੇਸ਼ਟ ਗੁਣਾਂ ਦੇ ਸਹਿਤ ਹੋਵੇ, ਧੀਰਜਵਾਨ ਹੋਵੇ ਤੇ ਕਰਾਮਾਤੀ ਹੋਵੇ। ਕੋਈ ਹੈ ਤੁਹਾਡੇ ਵਿੱਚੋਂ ਤੇ ਦੱਸੋ ਭਾਈ, ਕਿੰਨੇ ਜਾਣਾ ਔਰੰਗਜ਼ੇਬ ਦੀ ਸਭਾ ਦੇ ਵਿੱਚ, ਸਾਨੂੰ ਦੱਸੋ, ਅਸੀਂ ਉਹਨੂੰ ਭੇਜਦੇ ਹਾਂ। ਜਾਣ ਹੇ ਤੁਰਕੇਸ਼ਰ ਪਾਹੂ, ਅਤੇ ਉਹ ਬਾਦਸ਼ਾਹ ਔਰੰਗਜ਼ੇਬ ਬੜਾ ਇਸਲਾਮੀ ਹੈ, ਕੱਟੜ ਹੈ, ਜਿਹੜਾ ਤੁਹਾਡੇ ਵਿੱਚ ਇੱਛਾ ਰੱਖਦਾ ਉਹ ਜਾਣਾ ਕਰੇ। ਸਮੈਂ ਕਰੇ ਜੋ ਅਤ ਉਤਸ਼ਾਹੂ, ਅਤੇ ਕਹਿਣ ਲੱਗੇ ਵੀ ਉਹ ਬਾਦਸ਼ਾਹ ਜਿਹੜਾ ਹੈ ਨਾ, ਉਹ ਬਹੁਤ ਜ਼ਿਆਦਾ ਦੁਸ਼ਟ ਹੈ, ਇਸ ਕਰਕੇ ਕੋਈ ਇਹੋ ਜਿਹਾ ਗੁਰਸਿੱਖ ਜਾਵੇ ਜਿਹੜਾ ਉੱਥੇ ਉਤਸ਼ਾਹ ਪੈਦਾ ਕਰਨਾ ਕਰੇ। ਸਰਵਰੀਤ ਅਜ਼ਮਤ ਦਿਖਰਾਵੇ, ਅਤੇ ਜਾਵੇ ਉਹ ਜਿਹਦੇ ਕੋਲ ਕਰਾਮਾਤ, ਜਿਹਦੇ ਕੋਲ ਕੁਝ ਕਣ ਹੈ ਨਾ, ਕੋਈ ਭਜਨ ਹੈ, ਕੋਈ ਬੰਦਗੀ ਹੈ, ਜਿਹੜਾ ਕੁਝ ਵਿਖਾ ਸਕਦਾ ਉਹ ਜਾਵੇ। ਕੋਈ ਹੈ ਜਾਣ ਵਾਸਤੇ ਤਾਂ ਸਾਨੂੰ ਦੱਸਣਾ ਕਰੋ। ਵਧਿਓ ਦੁਸ਼ਟ ਕੋ ਦਰਪ ਦਵਾਵੇ, ਕਿਉਂਕਿ ਉਹ ਜਿਹੜਾ ਬਾਦਸ਼ਾਹ ਔਰੰਗਜ਼ੇਬ ਬੜਾ ਦੁਸ਼ਟ ਹੈ, ਅਤੇ ਦਰਪ ਦਵਾਵੇ, ਦਰਪ ਤੋਂ ਭਾਵ ਹੁੰਦਾ ਹੈ
ਵੀ ਉਹਦਾ ਹੰਕਾਰ ਵਧਿਆ ਹੋਇਆ ਅਤੇ ਕੋਈ ਗੁਰਸਿੱਖ ਹੈ ਜਿਹੜਾ ਔਰੰਗਜ਼ੇਬ ਦੇ ਹੰਕਾਰ ਨੂੰ ਦਬਾਵੇ ਜਾ ਕੇ, ਉਹਨੂੰ ਕੋਈ ਇਹੋ ਜਿਹੀ ਕਲਾ ਵਿਖਾ ਦੇ ਜਿਹਦੇ ਨਾਲ ਉਹਦਾ ਹੰਕਾਰ ਟੁੱਟ ਜਾਵੇ, ਕੋਈ ਉਹਦੇ ਹੰਕਾਰ ਨੂੰ ਤੋੜੇ। ਇਹੋ ਜਿਹਾ ਗੁਰਸਿੱਖ ਅਸੀਂ ਭੇਜਣਾ ਹੈ। ਸੋ ਅਬ ਤਿਆਰ ਹੋਏ ਤਹਿ ਜਾਣੇ। ਮਹਾਰਾਜ ਕਹਿਣ ਲੱਗੇ ਜਿਹਨੇ ਜਾਣਾ ਨਾ ਭਾਈ, ਸਾਰਿਆਂ ਨੂੰ ਕਿਹਾ ਕੱਲ੍ਹ ਨੂੰ ਕੋਈ ਇਹ ਨਾ ਕਹੇ ਵੀ ਮਹਾਰਾਜ ਮੈਨੂੰ ਕਹਿੰਦੇ ਅਤੇ ਮੈਂ ਜਾਂਦਾ। ਹੋ ਜਾਓ ਤਿਆਰ ਭਾਈ ਜਿਹਨੇ ਜਾਣਾ। ਕੋਈ ਬਾਦਸ਼ਾਹ ਨੂੰ ਕੁਝ ਵਿਖਾ ਸਕਦਾ, ਕਿਸੇ ਕੋਲ ਕੁਝ ਹੈ, ਹੁਣ ਅਸੀਂ ਮੌਕਾ ਦਿੰਦੇ ਹਾਂ, ਉਹ ਜਾ ਸਕਦਾ ਹੈ। ਸਭਾ ਵਿਖੇ ਇਮਬਾਕ ਬਖਾਨੇ। ਜਦੋਂ ਮਹਾਰਾਜ ਨੇ ਇਹ ਬਚਨ ਆਖਿਆ ਨਾ ਭਰੇ ਦੀਵਾਨ ਦੇ ਵਿੱਚ, ਜਿਵੇਂ ਆਪਾਂ ਬੈਠੇ ਹਾਂ, ਬੜੀਆਂ ਸੰਗਤਾਂ ਬੈਠੀਆਂ, ਬੜੇ ਬੜੇ ਗੁਰਸਿੱਖ ਬੈਠੇ ਹੋਏ, ਹਠੀ ਜਪੀ ਤਪੀ ਸੇਵਾ ਸਿਮਰਨ ਵਾਲੇ, ਅਤੇ ਜਦੋਂ ਇਹ ਬਚਨ ਗੁਰੂ ਹਰਿਰਾਏ ਸਾਹਿਬ ਨੇ ਆਖੇ ਨਾ ਵੀ ਔਰੰਗਜ਼ੇਬ ਦੇ ਕੋਲ ਜਾਣਾ, ਅਤੇ ਜਦੋਂ ਪਾਤਸ਼ਾਹ ਨੇ ਬਚਨ ਕਹੇ ਹਨ, ਸੁਣਿਓ ਸਭਨ ਪੁੰਨ ਹਿਰਦੈ ਵਿਚਾਰ, ਸਾਰਿਆਂ ਨੇ ਗੱਲ ਸੁਣ ਤੇ ਲਈ। ਇਸ ਤੋਂ ਪਹਿਲਾਂ ਕਿ ਜਵਾਬ ਦਿੰਦੇ, ਆਪਣੇ ਮਨ ਦੇ ਵਿੱਚ ਸਾਰੇ ਹੀ ਸੋਚਣ ਲੱਗ ਪਏ ਕਈ ਤਰ੍ਹਾਂ ਦੀਆਂ ਗੱਲਾਂ, ਕਿਉਂਕਿ ਫੈਸਲਾ ਦੇਣਾ ਨਾ ਮਹਾਰਾਜ ਨੂੰ। ਇਸ ਤੋਂ ਪਹਿਲਾਂ ਕਿ ਉੱਠ ਕੇ ਕਹਿਣ ਵੀ ਮੈਂ ਜਾਵਾਂਗਾ, ਪਹਿਲਾਂ ਸੋਚਦੇ ਪਏ ਵੀ ਉੱਥੇ ਜਾਣ ਦਾ ਲਾਭ ਕੀ ਹੈ ਅਤੇ ਨੁਕਸਾਨ ਕੀ ਹੈ। ਜਿੰਨੇ ਬੈਠੇ ਹੋਏ ਸਨ ਨਾ ਮੋਤਬਾਰ ਗੁਰਸਿੱਖ, ਸਾਰੇ ਆਪਣੇ ਮਨ ਵਿੱਚ ਸੋਚਣ ਲੱਗੇ ਹਨ, ਨੌਰੰਗ ਹਠੀ ਮਹਿਦ ਕੁਰਿਆਰ, ਸਾਰਿਆਂ ਨੇ ਜਾਣਿਆ ਵੀ ਔਰੰਗਜ਼ੇਬ ਤਾਂ ਬੜਾ ਜਿੱਦੀ ਸੁਭਾਅ ਦਾ ਬੰਦਾ, ਜਿਹੜੀ ਜਿੱਦ ਉਹਨੇ ਫੜ ਲਈ ਉਹ ਪੂਰੀ ਕਰਦਾ, ਅਤੇ ਦੂਜੀ ਗੱਲ ਵੀ ਉਹ ਬੜਾ ਵੱਡਾ ਝੂਠਾ ਬੰਦਾ, ਉਹਦੇ ਇਤਬਾਰ ਨਹੀਂ ਕੀਤਾ, ਇਹਦੇ ਕੋਲ ਬੈਠਾ ਤਾਂ ਇਹਦਾ ਬਣ ਗਿਆ, ਉਹਦੇ ਕੋਲ ਬੈਠਾ ਤਾਂ ਉਹਦਾ ਬਣ ਗਿਆ। ਇਹੋ ਜਿਹਾ ਬੇਤਬਾਰੇ ਬੰਦੇ ਦਾ ਕੀ ਇਤਬਾਰ ਕਰਨਾ। ਸੰਗਤ ਸੋਚਦੀ ਪਈ ਹੈ ਵੀ ਜਿਹਦਾ ਆਪਣਾ ਸਟੈਂਡ ਹੀ ਕੋਈ ਨਹੀਂ ਹੈ, ਉਹਦੇ ਨਾਲ ਕੀ ਗੱਲ ਕਰਾਂਗੇ। ਇਹ ਬੜਾ ਵੱਡਾ ਝੂਠਾ ਹੈ ਔਰੰਗਜ਼ੇਬ, ਜਿਹੜਾ ਤਖ਼ਤ 'ਤੇ ਇਸ ਵੇਲੇ ਬੈਠਾ। ਅਤੇ ਦੂਜੀ ਗੱਲ ਇਹ ਹੈ ਵੀ ਇਹ ਬੜਾ ਜ਼ਿਆਦਾ ਆਪਣੇ ਧਰਮ ਦੇ ਵਿੱਚ ਕੱਟੜ ਹੈ, ਬੜੀ ਜਿੱਦ ਨੂੰ ਰੱਖਣ ਵਾਲਾ ਹੈ। ਅਜ਼ਮਤ ਜੁੱਤ ਕਿਤਨੇ ਮਰਵਾਏ, ਜੇ ਅਸੀਂ ਜਾਂਦੇ ਵੀ ਹਾਂ ਅਤੇ ਪਰ ਇਹਦੀ ਸਭਾ ਦੇ ਵਿੱਚ ਤਾਂ ਪਹਿਲਾਂ ਕਈ ਕਰਾਮਾਤੀ ਆਏ ਨੇ, ਹੁਣ ਸਰਮਦ ਕੋਲ ਕਿੰਨੀਆਂ ਕਰਾਮਾਤਾਂ ਸਨ, ਜਾਂ ਸ਼ਰਮਦ ਵਰਗੇ ਹੋਰ ਵੀ ਕਈ ਸਾਧੂ ਸੰਤ ਆਏ ਸਨ ਔਰੰਗਜ਼ੇਬ ਦੇ ਕੋਲ, ਪਰ ਉਹ ਸਾਰੇ ਔਰੰਗਜ਼ੇਬ ਨੇ ਕਤਲ ਕਰਵਾ ਦਿੱਤੇ, ਨਾ ਸ਼ਰਮਦ ਨੂੰ ਛੱਡਿਆ ਅਤੇ ਨਾ ਉਹਦੇ ਵਰਗੇ ਜਿਹੜੇ ਸਾਧੂ ਹੋਰ ਸਨ, ਨਾ ਕਲਾਧਾਰੀ ਸ਼ਕਤੀਵਾਨ, ਨਾ ਉਹਨਾਂ ਨੂੰ ਛੱਡਿਆ। ਸੰਗਤ ਸੋਚਦੀ ਪਈ ਹੈ ਵੀ ਇਹਨੇ ਤਾਂ ਕਰਾਮਾਤੀ ਕਈ ਅੱਗੇ ਮਰਵਾਏ ਨੇ, ਜੇ ਸਾਡੇ ਵਿੱਚ ਕੋਈ ਕਰਾਮਾਤ ਹੋਵੇਗੀ ਤਾਂ ਸਾਡਾ ਹਾਲ ਵੀ ਤਾਂ ਉਹੀ ਕਰੇਗਾ ਨਾ ਜਿਹੜਾ ਦੂਜਿਆਂ ਦਾ ਕੀਤਾ ਹੈ। ਲੱਖ ਪੂਰਬ ਤਪ ਨਹੀਂ ਰਸਾਏ, ਅਤੇ ਇਹ ਲੱਖ ਪੂਰਬ ਤਪ, ਇਹਦਾ ਪਹਿਲਾ ਤਾਪ ਜਾਣ ਕੇ ਜਿਹੜੇ ਸਾਧੂ ਮਰਵਾ ਦਿੱਤੇ ਨਾ ਇਹਨੇ, ਉਹ ਸਾਧੂ ਚਾਹੁੰਦੇ ਤਾਂ ਇਹਨੂੰ ਸ਼ਰਾਪ ਦੇ ਸਕਦੇ ਸਨ, ਪਰ ਉਹਨਾਂ ਨੇ ਸ਼ਰਾਪ ਤਾਂ ਨਹੀਂ ਸੀ ਦਿੱਤਾ ਵੀ ਇਹਦਾ ਪਿਛਲੇ ਜਨਮ ਦਾ ਤਪ ਬੜਾ ਹੈ ਅਤੇ ਇਹ ਆਪਣੇ ਪਿਛਲੇ ਜਨਮ ਦੇ ਤਪ ਨੂੰ ਖਾਣ ਵਾਸਤੇ ਆਇਆ ਅਤੇ ਇਹ ਖਾ ਕੇ ਹੀ ਜਾਵੇ ਤਾਂ ਕਿ ਅੱਗੇ ਜਾ ਕੇ ਸਜ਼ਾ ਭੋਗੇ। ਇਹ ਜਿਹੜੀ ਵਸਤੂ ਮਿਲਦੀ ਹੈ ਨਾ ਬੰਦੇ ਨੂੰ ਦੁਨੀਆ ਵਿੱਚ ਆ ਕੇ, ਪਿਛਲੇ ਜਨਮ ਦਾ ਤਪ ਹੈ ਉਹਦੇ ਕਰਕੇ ਮਿਲੀ ਹੈ। ਚੰਗੇ ਕਰਮ ਕਰੇਗਾ ਤਾਂ ਉਹ ਵਸਤੂ ਜੁੜਦੀ ਜਾਏਗੀ, ਮਾੜੇ ਕਰੇਗਾ ਤਾਂ ਨਸ਼ਟ ਹੋ ਜਾਏਗੀ। ਇਹ ਸੋਚਦੇ ਨੇ ਸੰਗਤ ਦੇ ਬੈਠੇ ਹੋਏ ਗੁਰਸਿੱਖ ਵੀ ਇਹਨੇ ਸਾਧੂ ਤਾਂ ਕਈ ਮਰਵਾਏ ਨੇ, ਪਰ ਕਿਸੇ ਸਾਧੂ ਨੇ ਇਹਨੂੰ ਕੋਈ ਸ਼ਰਾਪ ਨਹੀਂ ਦਿੱਤਾ, ਉਹ ਤਾਂ ਨਹੀਂ ਸੀ ਦਿੱਤਾ ਵੀ ਇਹਦਾ ਤਪ ਬੜਾ, ਅਤੇ ਉਹ ਕਹਿੰਦੇ ਵੀ ਤਪ ਆਪਣੇ ਪੂਰੇ ਦਾ ਫਲ ਛਕਣਾ ਕਰੇ। ਹੱਠ ਕਰ ਦੇਤ ਭਏ ਤਿਸ ਪ੍ਰਾਨ, ਅਤੇ ਉਹਨਾਂ ਸਾਧੂਆਂ ਨੇ ਹੱਠ ਹੀ ਕਰ ਲਿਆ ਵੀ ਕੋਈ ਨਹੀਂ, ਜੇ ਜਾਨ ਲੈਂਦਾ ਤਾਂ ਲੈ ਹੀ ਲਵੇ, ਜਿਹਨੇ ਸਾਡੀ ਜਾਨ ਲੈਣੀ ਹੈ ਨਾ ਅਤੇ ਲੈ ਲਵੇ, ਅਸੀਂ ਜਾਨ ਦੇਣ ਵਾਸਤੇ ਤਿਆਰ ਹਾਂ। ਅਸ ਬਦਬਰ ਹੈ ਬਿਦਤ ਜਹਾਨ, ਇਸ ਤਰ੍ਹਾਂ ਦਾ ਇਹ ਬਾਦਸ਼ਾਹ ਜਿਹੜਾ ਨਾ ਬੜਾ ਜ਼ੋਰਾਵਰ ਹੈ, ਬੜਾ ਬੁਰਾ, ਬੜਾ ਭੈੜਾ ਹੈ,
ਸਾਰੀ ਦੁਨੀਆ ਹਿੰਦੁਸਤਾਨ ਦੀ ਜਾਣਦੀ ਹੈ ਵੀ ਔਰੰਗਜ਼ੇਬ ਬਾਦਸ਼ਾਹ ਬਹੁਤ ਭੈੜੇ ਸੁਭਾਅ ਦਾ ਮਾਲਕ ਹੈ। ਕਾਂਸ਼ੀ ਮਥੁਰਾ ਆਦਿਕ ਸਾਰੇ, ਕਾਂਸ਼ੀ ਪੰਡਤਾਂ ਦਾ ਵੱਡਾ ਗੜ੍ਹ ਮੰਨਿਆ ਜਾਂਦਾ, ਮਥੁਰਾ ਦੇ ਵਿੱਚ ਬਹੁਤ ਜ਼ਿਆਦਾ ਮੰਦਰ ਮੰਨੇ ਜਾਂਦੇ ਹਨ। ਤੀਰਥ ਹਿੰਦੂ ਕੇਰ ਬਗਾਰੇ, ਇਸ ਬਾਦਸ਼ਾਹ ਨੇ ਤਾਂ ਛੱਡਿਆ ਹੀ ਮੰਦਰ ਕੋਈ ਨਹੀਂ, ਕਾਂਸ਼ੀ ਦੇ ਮੰਦਰ ਵੀ ਤੋੜੇ, ਮਥੁਰਾ ਦੇ ਤੋੜੇ, ਜੈਪੁਰ ਦੇ ਤੋੜੇ, ਅਜਮੇਰ ਦੇ ਤੋੜੇ, ਇਹਨੇ ਕਈ ਮੰਦਰ ਤੋੜ ਕੇ ਜਿਹੜੇ ਸੁੱਟ ਦਿੱਤੇ ਹਨ। ਸਭ ਜਗ ਤੁਰਕ ਬਣਾਵਨ ਚਾਹਤ, ਇਹ ਤੇ ਚਾਹੁੰਦਾ ਵੀ ਸਾਰਿਆਂ ਨੂੰ ਮੁਸਲਮਾਨ ਬਣਾਵਾਂ, ਇਹ ਉਹਨੇ ਪ੍ਰਣ ਕੀਤਾ ਹੋਇਆ ਹੈ। ਧਰਮ ਵਿਸਾਲ ਕਾਲ ਜਿਮ ਦਾਹਤ, ਇਹ ਕਹਿਣ ਲੱਗੇ ਵੀ ਇਹ ਬੰਦਾ ਜਿਹੜਾ ਹੈ ਧਰਮ ਨੂੰ ਵੱਡਾ ਕਰਨਾ ਚਾਹੁੰਦਾ ਤੇ ਦੂਜਿਆਂ ਨੂੰ ਕਾਲ ਵਾਂਗੂ ਨਾਸ਼ ਕਰਦਾ ਪਿਆ ਹੈ। ਸਭ ਤੁਰਕਨ ਕੀ ਸਭਾ ਮਝਾਰ, ਜਿੰਨੇ ਤੁਰਕਾਂ ਦੀ, ਮੁਗਲਾਂ ਦੀ ਸਭਾ, ਬਾਦਸ਼ਾਹ ਔਰੰਗਜ਼ੇਬ ਦੀ ਜਿੰਨੀ ਸਭਾ, ਜਿੰਨੀ ਕਚਹਿਰੀ ਸਜਦੀ ਹੈ, ਬੜੇ ਬੜੇ ਜਹ ਗੁਣੀ ਹਜ਼ਾਰ, ਤੇ ਉਸ ਬਾਦਸ਼ਾਹ ਦੀ ਕਚਹਿਰੀ ਵਿੱਚ ਬੜੇ ਬੜੇ ਗੁਣ ਵਾਲੇ ਆਲਮ ਫਾਜ਼ਲ ਜਿਹੜੇ ਵਿਦਵਾਨ ਬੈਠੇ ਨੇ, ਉਹਨਾਂ ਵਿੱਚ ਹਿੰਦੂ ਵੀ ਨੇ, ਮੁਸਲਮਾਨ ਵੀ ਨੇ, ਕਾਜ਼ੀ ਵੀ ਨੇ, ਮੁਲਾਣੇ ਵੀ ਨੇ, ਕੋਈ ਅਰਬੀ ਪੜ੍ਹਿਆ, ਕੋਈ ਫਾਰਸੀ ਪੜ੍ਹਿਆ, ਕੋਈ ਸੰਸਕ੍ਰਿਤ ਪੜ੍ਹਿਆ, ਬੜੇ ਬੜੇ ਗ੍ਰੰਥਾਂ ਨੂੰ ਪੜ੍ਹਨ ਵਾਲੇ ਬੜੇ ਬੜੇ ਵਿਦਵਾਨ ਇਹਦੀ ਕਚਹਿਰੀ ਵਿੱਚ ਬੈਠੇ ਹਨ। ਇਲਮ ਏਕ ਤੇ ਏਕ ਮਹਾਨੇ, ਇਲਮ ਤੋਂ ਭਾਵ ਹੁੰਦਾ ਗਿਆਨ, ਗਿਆਨ ਦੇ ਵਿੱਚ ਇੱਕ ਤੋਂ ਇੱਕ ਅੱਗੇ ਹੈ ਬਾਦਸ਼ਾਹ ਦੀ ਕਚਹਿਰੀ ਵਿੱਚ, ਕੋਈ ਮਾੜੇ ਮੋਟੇ ਜਾਂ ਅਨਪੜ੍ਹ ਬੰਦੇ ਨਹੀਂ ਰੱਖੇ ਵੀ ਥੋੜ੍ਹਾ ਬਹੁਤਾ ਪੜ੍ਹਿਆ ਅਤੇ ਕੰਮ ਚਲਾ ਲਿਆ, ਨਹੀਂ, ਬੜੇ ਬੜੇ ਇਲਮ ਨੂੰ ਜਾਣਨ ਵਾਲੇ ਪੜ੍ਹੇ ਲਿਖੇ ਵਿਦਵਾਨ ਜਿਨ੍ਹਾਂ ਦੇ ਵਿੱਚ ਕੋਈ ਨਾ ਕੋਈ ਹੁਨਰ ਹੈ, ਕੋਈ ਨਾ ਕੋਈ ਗੁਣ ਹੈ, ਉਹ ਬਾਦਸ਼ਾਹ ਔਰੰਗਜ਼ੇਬ ਨੇ ਆਪਣੀ ਕਚਹਿਰੀ ਵਿੱਚ ਰੱਖੇ ਹੋਏ ਹਨ। ਅਰਸ ਪਰ ਗਨ ਬੁੱਧਵਨ, ਤੇ ਕਹਿਣ ਲੱਗੇ ਬੜੇ ਬੁੱਧੀਮਾਨ ਤੇ ਬੜੇ ਸਿਆਣੇ ਹਨ। ਕੇਤਕ ਪੀਰ ਅਜ਼ਮਤੀ ਭਾਰੀ, ਕਿੰਨੇ ਕੁ ਪੀਰ ਹੋਏ ਨੇ ਫਕੀਰ, ਬੜੀਆਂ ਸ਼ਕਤੀਆਂ ਜਿਹੜੇ ਰੱਖਦੇ ਸਨ। ਨੌ ਰੰਗ ਕੇ ਨਿਤ ਰਹੇ ਅਨੁਸਾਰੀ, ਪਰ ਉਹ ਸ਼ਕਤੀਆਂ ਵਾਲੇ ਪੀਰ ਵੀ ਇਹਦੇ ਅਨੁਸਾਰੀ ਰਹਿੰਦੇ ਨੇ, ਇਹਦਾ ਕਹਿਣਾ ਮੰਨਦੇ ਹਨ। ਅਪਰ ਅਨੇਕ ਭਾਂਤ ਕੀ ਬਾਤੀ, ਤੇ ਕਹਿਣ ਲੱਗੇ ਇਹ ਸਿੱਖ ਸੰਗਤਾਂ ਸੋਚਦੀਆਂ ਪਈਆਂ, ਸਿੱਖ ਵੀ ਇਹੋ ਜਿਹੀਆਂ ਕਈ ਗੱਲਾਂ ਜਿਹੜੀਆਂ ਨੇ ਪਹਿਲਾਂ ਹੋ ਚੁੱਕੀਆਂ, ਜਹਾਂ ਹੋਤ ਹੈ ਬਾਸਰ ਰਾਤੀ, ਇਹ ਤੇ ਦਿਨੇ ਰਾਤ ਹੀ ਉੱਥੇ ਹੁੰਦੀਆਂ, ਮਾੜੀਆਂ ਮੋਟੀਆਂ ਕਰਾਮਾਤਾਂ ਵਿਖਾਉਣ ਵਾਲੇ ਤੇ ਉਹਦੇ ਕੋਲ ਪੀਰ ਪਹਿਲਾਂ ਹੀ ਬੈਠੇ ਨੇ, ਬੜੇ ਬੜੇ ਵਿਦਵਾਨ ਗੱਲਾਂ ਕਰਨ ਵਾਲੇ, ਗ੍ਰੰਥ ਪੜ੍ਹਨ ਵਾਲੇ, ਉਹ ਵੀ ਉਹਦੇ ਕੋਲ ਪਹਿਲਾਂ ਬੈਠੇ ਨੇ। ਇਹੋ ਜਿਹੀਆਂ ਗੱਲਾਂ ਤੇ ਔਰੰਗਜ਼ੇਬ ਦੀ ਕਚਹਿਰੀ ਵਾਸਤੇ ਆਮ ਹੀ ਨੇ, ਮਾਮੂਲੀ ਨੇ, ਤੇ ਅਸੀਂ ਫਿਰ ਕਿਹਦੀ ਗਿਣਤੀ ਵਿੱਚ ਆਵਾਂਗੇ, ਨਾ ਤੇ ਸਾਨੂੰ ਇੰਨੀਆਂ ਗੱਲਾਂ ਆਉਣੀਆਂ, ਨਾ ਸਾਡੇ ਕੋਲ ਏਡੀ ਕਰਾਮਾਤ ਹੈ। ਇਹ ਬੈਠੇ ਹੋਏ ਗੁਰਸਿੱਖ ਸੋਚਦੇ ਪਏ ਹਨ। ਹਸ ਵਿਚਾਰ ਕਰ ਤੂਸ਼ਣ ਹੋਏ, ਇਹ ਵਿਚਾਰ ਕਰਕੇ ਨਾ ਸੰਗਤ ਵਿੱਚੋਂ ਕੋਈ ਵੀ ਉੱਠ ਕੇ ਨਹੀਂ ਬੋਲਿਆ, ਕਿਸੇ ਨੇ ਨਹੀਂ ਆਖਿਆ ਵੀ ਮਹਾਰਾਜ ਮੈਂ ਜਾਂਦਾ, ਸਾਰੇ ਡਰ ਗਿਆ ਵੀ ਅਸੀਂ ਬਾਦਸ਼ਾਹ ਦੇ ਨਾਲ ਮੱਥਾ ਕਿਉਂ ਲਾਈਏ, ਨਾ ਅਸੀਂ ਇੰਨੇ ਯੋਗੇ ਹੈਗੇ। ਇਹ ਵਿਚਾਰ ਕਰਕੇ ਸਾਰੇ ਡਰ ਗਏ, ਕਿਸੇ ਨੇ ਵੀ ਹਾਮੀ ਨਹੀਂ ਭਰੀ ਵੀ ਅਸੀਂ ਜਾਣਾ ਹੈ। ਨੰਮਰ ਨਾਰ ਕਰ ਊਚਨਾ ਜੋਏ, ਕਹਿਣ ਲੱਗੇ ਵੀ ਇਹਨਾਂ ਨੇ ਨਾ ਕੋਈ ਵੀ ਉੱਚਾ ਤਾਂ ਨਹੀਂ ਵੇਖਦਾ, ਸਾਰੇ ਨੀਵੀਆਂ ਪਾ ਕੇ ਧੌਣ ਥੱਲੇ ਨੂੰ ਸੁੱਟ ਕੇ, ਮੰਨ ਲਓ ਵੀ ਥੱਲਿਓ ਮਿੱਟੀ ਵਿੱਚੋਂ ਕੁਝ ਕੱਢਣ ਲੱਗੇ ਹੋਣ, ਨੀਵੀਆਂ ਪਾ ਕੇ ਥੱਲੇ ਨੂੰ ਗੋਡਿਆਂ ਵਿੱਚ ਸਿਰ ਲਾ ਕੇ ਬੈਠ ਗਏ, ਕਿਸੇ ਨੇ ਤਾਂ ਵੇਖਿਆ ਹੀ ਨਹੀਂ ਵੀ ਜੇ ਕਿਤੇ ਮੈਂ ਧੌਣ ਉੱਚੀ ਕੀਤੀ ਤਾਂ ਮਹਾਰਾਜ ਕਿਤੇ ਇਹ ਨਾ ਕਹਿਣ ਵੀ ਤੂੰ ਰਿਹਾ ਤੈਨੂੰ ਘੱਲਦੇ ਆ ਅਤੇ ਮੈਨੂੰ ਨਾ ਕਿਤੇ ਜਾਣਾ ਪਵੇ, ਸਾਰੇ ਨੀਵੀਆਂ ਪਾ ਕੇ ਉਸ ਵੇਲੇ ਬੈਠ ਗਏ ਹਨ। ਕਿਤਕ ਦੇਰ ਲਓ ਰਹਿ ਕੇ ਮੌਨ, ਅਤੇ ਮਹਾਰਾਜ ਵੀ ਚੁੱਪ ਰਹੇ ਵੀ ਚਲੋ ਵੇਖਦੇ ਹਾਂ ਕਿੰਨਾ ਕੁ ਸਮਾਂ ਇਹ ਚੁੱਪ ਰਹਿੰਦੇ ਨੇ, ਕਦੇ ਤਾਂ ਬੋਲਣਗੇ ਨਾ, ਕੁਝ ਸਮਾਂ ਜਦੋਂ ਚੁੱਪ ਰਹੇ ਹਨ। ਤੱਕੈ ਪਰਸ ਪਰ ਭਾਖੇ ਕੌਣ, ਅਤੇ ਇੱਕ ਦੂਜੇ ਵੱਲ ਵੇਖਦੇ ਨੇ, ਮਹਾਰਾਜ ਵੱਲ ਨਹੀਂ ਵੇਖਦੇ, ਇੱਕ ਦੂਜੇ ਵੱਲ ਤਾਂ ਇਸ਼ਾਰਾ ਕਰਦੇ ਅੱਖਾਂ ਨਾਲ, ਫਲਾਣਿਆ ਤੂੰ ਜਾਏਗਾ, ਉਹ ਕਹਿੰਦਾ ਨਾ ਨਾ ਮੇਰਾ ਨਾਂ ਨਾ ਲਈ ਮੈਂ ਨਹੀਂ ਜਾਣਾ, ਦੂਜਾ ਫਿਰ ਦੂਜੇ ਵੱਲ ਇਸ਼ਾਰਾ ਕਰਦਾ ਵੀ ਤੂੰ ਜਾਵੇਂਗਾ, ਤੂੰ ਪਿੰਡ ਵਿੱਚ ਕਹਿੰਦਾ ਸੀ ਵੀ ਮੈਂ ਬੜਾ ਵੱਡਾ ਗਿਆਨੀ ਹਾਂ, ਤੇਰੇ ਗਿਆਨ ਦਾ ਪਤਾ ਲੱਗੇ ਚੱਲ ਔਰੰਗੇ ਨਾਲ ਮੱਥਾ ਲਾ, ਉਹ ਕਹਿੰਦਾ ਪਿੰਡ ਵਿੱਚ ਹੀ ਮੈਂ ਗਿਆਨੀ ਹਾਂ ਪਰ ਔਰੰਗਜ਼ੇਬ ਕੋਲ ਮੈਂ ਨਹੀਂ ਜਾਣਾ, ਮੇਰਾ ਨਾਂ ਨਾ ਲੈ ਦੇ।
ਜਿਹੜਾ ਕੋਈ ਕਹਿੰਦਾ ਵੀ ਮੇਰੇ ਵਿੱਚ ਥੋੜ੍ਹੀ ਬਹੁਤੀ ਕੋਈ ਕਰਾਮਾਤ ਹੈ, ਕੋਈ ਸ਼ਕਤੀ ਹੈ, ਉਹ ਦੂਜਾ ਦੂਜੇ ਨੂੰ ਟੋਹਦਾ ਵੀ ਫਲਾਣਿਆ ਤੇਰੇ ਵਿੱਚ ਹੈ ਕੁਝ, ਉਹ ਕਹਿੰਦਾ ਨਹੀਂ ਹੈ ਤਾਂ ਹੈ ਪਰ ਔਰੰਗਜ਼ੇਬ ਨੂੰ ਵਿਖਾਉਣ ਵਾਸਤੇ ਕੁਝ ਨਹੀਂ ਹੈ। ਇੱਕ ਦੂਜੇ ਵੱਲ ਵੇਹਦੇ ਨੇ, ਇਸ਼ਾਰੇ ਕਰਦੇ ਨੇ, ਪਰ ਬੋਲਦਾ ਕੋਈ ਨਹੀਂ ਹੈ। ਇਹ ਕੋਈ ਨਹੀਂ ਕਹਿੰਦਾ ਵੀ ਮੈਂ ਜਾਣਾ ਹੈ। ਦੋਹਰਾ ਸਭ ਹੀ ਸਭਾ ਵਿਚਾਰ ਕਹਿ ਬੋਲੇ ਮੁਖਿਆ ਜਿਤੇ। ਜਦੋਂ ਸਾਰੀ ਸਭਾ ਨੇ ਵਿਚਾਰ ਲਿਆ ਨਾ, ਸੋਚ ਲਿਆ, ਜਾਣ ਨੂੰ ਤਿਆਰ ਕੋਈ ਨਹੀਂ ਹੈ, ਪਰ ਜਿਹੜੇ ਮੁੱਖ ਮੁੱਖ ਬੈਠੇ ਸਨ ਨਾ ਮਹਾਰਾਜ ਦੇ ਦੀਵਾਨ ਵਿੱਚ, ਉਹ ਫਿਰ ਕਹਿਣ ਲੱਗੇ ਹਨ, ਨੌਰੰਗ ਟਿਕ ਜਾਨੋ ਕਠਨ ਅਵਗੁਣ ਕਿਦੈ ਗਿਨੈ ਕਿਤੇ। ਮਹਾਰਾਜ, ਔਰੰਗਜ਼ੇਬ ਦੇ ਕੋਲ ਜਾਣਾ ਤੇ ਮੌਤ ਦੇ ਖੂਹ ਦੇ ਵਿੱਚ ਛਾਲ ਮਾਰਨ ਵਾਲੀ ਗੱਲ ਹੈ। ਤੁਸੀਂ ਕਹਿ ਦੇ ਦਿੱਤਾ ਵੀ ਜਾਓ ਔਰੰਗੇ ਦੇ ਕੋਲ, ਕੋਈ ਕਰਾਮਾਤ ਵਿਖਾ ਕੇ ਆਓ। ਔਰੰਗਜ਼ੇਬ ਦੇ ਕੋਲ ਜਾਣਾ ਤੇ ਸਮਝ ਲਓ ਵੀ ਇਹ ਤੇ ਮੌਤ ਨੂੰ ਆਪਣੇ ਗੱਲ ਆਉਣ ਵਾਲੀ ਗੱਲ ਹੈ, ਤੇ ਮਹਾਰਾਜ ਕੌਣ ਜਾਵੇ? ਕੋਈ ਜਾਣ ਵਾਸਤੇ ਤਿਆਰ ਨਹੀਂ, ਸਾਰੇ ਚੁੱਪ ਹਨ। ਚੌਪਈ ਪ੍ਰਾਨ ਹਾਨ ਲਓ ਜੈ ਕਠਿਨਾਈ। ਅਤੇ ਦੂਜੀ ਗੱਲ ਇਹ ਹੈ ਮਹਾਰਾਜ, ਉੱਥੇ ਜਾਣ ਦਾ ਵੀ ਖਤਰਾ ਹੈ। ਜੇ ਆਪਾਂ ਚਲੇ ਵੀ ਗਏ ਨਾ, ਥੋੜ੍ਹੀ ਬਹੁਤੀ ਕਰਾਮਾਤ ਵਿਖਾ ਵੀ ਦਿੱਤੇ, ਪਰ ਬਾਦਸ਼ਾਹ ਨੂੰ ਜੇ ਖੁਸ਼ ਨਾ ਕਰ ਸਕੇ ਜਾਂ ਬਾਦਸ਼ਾਹ ਦੀ ਕਈ ਗੱਲ ਪੂਰੀ ਨਾ ਕਰ ਸਕੇ ਤਾਂ ਉਹਨੇ ਕਹਿਣਾ ਵੀ ਇਹਦਾ ਕਤਲ ਕਰ ਦਿਓ। ਉੱਥੇ ਤਾਂ ਮਹਾਰਾਜ ਜਾਣ ਦਾ ਖਤਰਾ ਹੈ। ਹਿੰਦੂ ਧਰਮ ਦਰੋਹੀ ਵਿਦਤਾਈ। ਕਿਉਂਕਿ ਉਹ ਬਾਦਸ਼ਾਹ, ਸਾਰਿਆਂ ਨੂੰ ਪਤਾ ਵੀ ਹਿੰਦੂ ਧਰਮ ਦੇ ਨਾਲ ਉਹ ਧਰੋਹ ਕਰਦਾ ਪਿਆ, ਧੋਖਾ ਕਰਦਾ ਪਿਆ, ਹਿੰਦੂ ਧਰਮ ਨੂੰ ਖਤਮ ਕਰਨਾ ਚਾਹੁੰਦਾ ਹੈ। ਇਸ ਕੀ ਜਹਿ ਸਹਾਇਤਾ ਨਹੀਂ। ਅਤੇ ਮਹਾਰਾਜ, ਹਿੰਦੂ ਧਰਮ ਦੀ ਸਹਾਇਤਾ ਤਾਂ ਦੇਵਤਿਆਂ ਨੇ ਨਹੀਂ ਕੀਤੀ, ਅਵਤਾਰਾਂ ਨੇ ਨਹੀਂ ਕੀਤੀ। ਜਿਹੜਾ ਹਿੰਦੂਆਂ ਦੇ ਮੰਦਰ ਢਾਹ ਸਕਦਾ, ਵੱਡੇ ਵੱਡੇ ਪੁਜਾਰੀਆਂ ਦਾ ਕਤਲ ਕਰਵਾ ਸਕਦਾ, ਉਹਨਾਂ ਪੁਜਾਰੀਆਂ ਦੀ ਮਦਦ ਵਾਸਤੇ ਕੋਈ ਨਹੀਂ ਆਇਆ, ਮੰਦਰਾਂ ਨੂੰ ਬਚਾਉਣ ਵਾਸਤੇ ਕੋਈ ਨਹੀਂ ਆਇਆ, ਅਤੇ ਮਹਾਰਾਜ ਸਾਡਾ ਉੱਥੇ ਫਿਰ ਕੀ ਬਣਨਾ ਹੈ? ਦੁਸ਼ਮਣ ਸੰਪਯਤ ਪੁਰ ਮਾਹੀ। ਅਤੇ ਉਹ ਜਿਹੜਾ ਬਾਦਸ਼ਾਹ ਔਰੰਗਜ਼ੇਬ ਹੈ ਨਾ, ਜਾਂ ਜਿਹੜੀ ਦਿੱਲੀ ਹੈ ਨਾ, ਉਹ ਤਾਂ ਭਾਈ ਦੁਸ਼ਮਣ ਹੀ ਹੈ। ਦਿੱਲੀ ਨੂੰ ਮੂੰਹ ਕਰਨਾ ਤਾਂ ਮੌਤ ਵੱਲ ਮੂੰਹ ਕਰਨ ਵਾਲੀ ਗੱਲ ਹੈ। ਕੋਈ ਨਹੀਂ ਜਾਣ ਵਾਸਤੇ ਤਿਆਰ ਮਹਾਰਾਜ, ਕਿਸੇ ਨੇ ਨਹੀਂ ਜੇ ਜਾਣਾ, ਕੋਈ ਇੰਨੀ ਹਿੰਮਤ ਨਹੀਂ ਰੱਖਦਾ ਹੈ। ਨਹੀਂ ਉਬਾਰ ਸਕੈ ਜੇ ਕੋਈ। ਜਿੱਥੇ ਮਹਾਰਾਜ ਜਿਹਨੇ ਦਿੱਲੀ ਵਿੱਚ ਪੈਰ ਪਾ ਲਿਆ, ਉਹ ਵਾਪਸ ਜਿਉਂਦਾ ਕਦੇ ਨਹੀਂ ਜੇ ਮੁੜਿਆ, ਬਾਦਸ਼ਾਹ ਉਹਨੂੰ ਮਰਵਾ ਹੀ ਦਿੰਦਾ ਹੈ। ਆਪਣ ਪੱਖੇ ਕੀ ਬਾਤ ਨਾ ਹੋਈ। ਕਿਉਂਕਿ ਆਪਣੇ ਪੱਖ ਦੀ ਤਾਂ ਗੱਲ ਹੋਣੀ ਨਹੀਂ ਨਾ, ਹੁਣ ਇੱਕ ਬੰਦਾ ਤਾਂ ਇੱਕ ਗੱਲ ਕਰੇਗਾ, ਅਤੇ ਬਾਦਸ਼ਾਹ ਦੀ ਸਭਾ ਵਿੱਚ ਹਜ਼ਾਰ ਬੰਦਾ ਬੈਠਾ। ਹੁਣ ਹਜ਼ਾਰ ਬੰਦੇ ਨੂੰ ਜਵਾਬ ਦੇਣਾ ਇੱਕ ਬੰਦੇ ਵਾਸਤੇ ਬੜਾ ਮੁਸ਼ਕਲ ਹੈ। ਇੱਕ ਨੂੰ ਜਵਾਬ ਦੇਵੇਗਾ ਤਾਂ ਦੂਜਾ ਗੱਲ ਵਿੱਚੋਂ ਕੋਈ ਗੱਲ ਹੋਰ ਕੱਢ ਲਵੇਗਾ, ਤੀਜਾ ਕੋਈ ਹੋਰ ਕੱਢੇਗਾ। ਬਾਦਸ਼ਾਹ ਔਰੰਗਜ਼ੇਬ ਦੀ ਸਭਾ ਕਚਹਿਰੀ ਵਿੱਚ ਜਵਾਬ ਦੇਣੇ ਮਹਾਰਾਜ ਬੜੇ ਔਖੇ ਹਨ। ਤਹਿ ਪਹੁੰਚਣ ਕੋ ਅਤ ਉਤਸਾਹੂ। ਅਤੇ ਮਹਾਰਾਜ, ਉੱਥੇ ਜਿਹੜਾ ਪਹੁੰਚਣ ਦਾ ਉਤਸ਼ਾਹ ਹੈ ਨਾ, ਜੋਸ਼, ਤੁਸੀਂ ਆਖਦੇ ਵੀ ਕਿਸੇ ਵਿੱਚ ਜੋਸ਼ ਹੈ ਤਾਂ ਜਾਓ ਰੰਗੇ ਨੂੰ ਆਪਣਾ ਜੋਸ਼ ਵਿਖਾਓ। ਮਹਾਰਾਜ ਰੰਗੇ ਕੋਲ ਜਿਹੜਾ ਜਾ ਕੇ ਜੋਸ਼ ਵਿਖਾਉਣਾ ਹੈ। ਨਾਹਿਨ ਲਖੀਅਤ ਹਮ ਸਭ ਮਾਹੂ। ਮਹਾਰਾਜ, ਸਾਡੇ ਵਿੱਚ ਉਹ ਜੋਸ਼ ਕੋਈ ਨਹੀਂ ਜਾਏਗਾ, ਤੁਸੀਂ ਸਾਨੂੰ ਭਾਵੇਂ ਕਹੋ ਨਾ, ਉਹ ਸਾਡੇ ਵਿੱਚ ਇੰਨੀ ਹਿੰਮਤ ਨਹੀਂ। ਜੋਸ਼ ਹੈ ਉਹ ਅਸੀਂ ਆਪਣੇ ਘਰ ਵਿੱਚ ਹੀ ਵਰਤਦੇ ਹਾਂ, ਗੁੱਸਾ ਵੀ ਸਾਨੂੰ ਆਉਂਦਾ ਵੀ ਘਰ ਵਿੱਚ ਹੀ ਵਰਤਦੇ ਹਾਂ, ਪਰ ਰੰਗੇ ਦੇ ਸਾਹਮਣੇ ਤਾਂ ਗੁੱਸਾ ਵੀ ਕੋਈ ਨਹੀਂ ਆਉਣਾ, ਅਤੇ ਨਾ ਉੱਥੇ ਮਹਾਰਾਜ ਜੋਸ਼ ਆਉਣਾ। ਉੱਥੇ ਤਾਂ ਡਰ ਲੱਗਦਾ ਬੰਦੇ ਦੀਆਂ ਲੱਤਾਂ ਕੰਬਦੀਆਂ। ਨਹੀਂ, ਸਾਡੇ ਵਿੱਚ ਇੰਨੀ ਹਿੰਮਤ ਨਹੀਂ ਵੀ ਅਸੀਂ ਔਰੰਗਜ਼ੇਬ ਦੀ ਸਭਾ ਵਿੱਚ ਜਾ ਸਕੀਏ। ਉਚਿਤ ਜਾਣ ਕੇ ਹੋ ਅਬ ਆਪੂ। ਅਤੇ ਕਈ ਜਿਹੜੇ ਚਲਾਕ ਸਨ ਉਹਨਾਂ ਨੇ ਫਿਰ ਕਹਿ ਹੀ ਦਿੱਤਾ, ਮਹਾਰਾਜ ਗੁਰਗੱਦੀ 'ਤੇ ਤੁਸੀਂ ਬੈਠੋ ਅਤੇ ਰੰਗੇ ਨਾਲ ਮੱਥਾ ਅਸੀਂ ਲਾਈਏ, ਇਹ ਤਾਂ ਨਹੀਂ ਨਾ ਗੱਲ ਬਣਦੀ। ਜੇ ਗੁਰਗੱਦੀ ਲਈ ਹੈ ਤਾਂ ਰੰਗੇ ਦੇ ਕੋਲ ਵੀ ਫਿਰ ਤੁਸੀਂ ਜਾਓ ਨਾ। ਤੁਸੀਂ ਉਚਿਤ ਹੋ, ਤੁਸੀਂ ਯੋਗ ਹੋ, ਤੁਹਾਡੇ ਕੋਲ ਕਰਾਮਾਤਾਂ ਵੀ ਨੇ, ਤੁਸੀਂ ਧੀਰਜਤਵਾਨ ਵੀ ਹੋ। ਕਿਉਂਕਿ ਮਹਾਰਾਜ ਨੇ ਆਖਿਆ ਸੀ ਨਾ, ਕੋਈ ਬੰਦਾ ਹੋਵੇ ਜਿਹਦੇ ਵਿੱਚ ਧੀਰਜ ਹੋਵੇ, ਅਤੇ ਸਿੱਖ ਕਹਿੰਦੇ ਵੀ ਮਹਾਰਾਜ ਧੀਰਜ ਤਾਂ ਫਿਰ ਤੁਹਾਡੇ ਵਿੱਚ ਹੀ ਹੈ। ਮਹਾਰਾਜ ਕਹਿੰਦੇ ਕਰਾਮਾਤ ਹੋਵੇ, ਅਤੇ ਸਿੱਖ ਕਹਿੰਦੇ ਮਹਾਰਾਜ ਉਹ ਵੀ ਤੁਹਾਡੇ ਵਿੱਚ ਹੀ ਨੇ, ਅਤੇ ਸਤਿਗੁਰੂ ਕਹਿੰਦੇ ਗੁਣੀ ਗਿਆਨੀ ਹੋਵੇ, ਅਤੇ ਸਿੱਖ ਕਹਿੰਦੇ ਮਹਾਰਾਜ ਫਿਰ ਗੁਣੀ ਗਿਆਨੀ ਵੀ ਤਾਂ ਤੁਸੀਂ ਹੀ ਹੋ ਨਾ, ਫਿਰ ਸਾਡੇ ਵਾਲੇ ਕਿਉਂ ਹੱਥ ਕਰਦੇ ਹੋ? ਇਹ ਤੁਹਾਡਾ ਹੀ ਜਾਣਾ ਬਣਦਾ, ਤੁਸੀਂ ਜਾਓ,
ਰੰਗੇ ਦੇ ਨਾਲ ਜਾ ਕੇ ਮੱਥਾ ਲਾਉਣਾ ਕਰੋ। ਸਭ ਤੇ ਅਤ ਵਿਸਾਲ ਪ੍ਰਤਾਪ, ਮਹਾਰਾਜ ਤੁਹਾਡੇ ਵਰਗਾ ਪ੍ਰਤਾਪ ਤੇ ਕਿਸੇ ਦਾ ਨਹੀਂ ਨਾ ਹੈਗਾ, ਤੁਹਾਡਾ ਮੁਕਾਬਲਾ ਤੇ ਕੋਈ ਨਹੀਂ ਨਾ ਕਰ ਸਕਦਾ। ਭਾਵੇਂ ਕਿ ਬੜੇ ਪੀਰ ਪੈਗੰਬਰ ਉਹਨੇ ਪਹਿਲਾਂ ਮਾਰੇ ਨੇ ਕਰਾਮਾਤੀ, ਵੱਡੇ ਵੱਡੇ ਵਿਦਵਾਨ ਵੀ ਖਤਮ ਕੀਤੇ, ਪਰ ਤੁਹਾਡਾ ਮੁਕਾਬਲਾ ਕਿਸੇ ਨਾਲ ਨਹੀਂ ਹੋ ਸਕਦਾ ਹੈ। ਐਸੋ ਜਗ ਮੈਂ ਦਿਖਤ ਨਾ ਦੂਜੇ, ਮਹਾਰਾਜ ਤੁਹਾਡੇ ਵਰਗਾ ਦੂਜਾ ਸਾਨੂੰ ਕੋਈ ਨਹੀਂ ਦਿਸਦਾ। ਮਹਾਰਾਜ ਨੇ ਤਾਂ ਸਿੱਖਾਂ ਨੂੰ ਪੁੱਛਿਆ ਵੀ ਤੁਸੀਂ ਜਾਣਾ, ਸਿੱਖ ਕਹਿੰਦੇ ਮਹਾਰਾਜ ਤੁਸੀਂ ਜਾਓ, ਸਾਨੂੰ ਤੁਹਾਡੇ ਵਰਗਾ ਕੋਈ ਨਹੀਂ ਦਿਸਦਾ, ਤੁਸੀਂ ਜਾ ਕੇ ਬਾਦਸ਼ਾਹ ਨੂੰ ਸਮਝਾਉਣਾ ਕਰੋ। ਉਮਰੀ ਸੰਸਰਤਾ ਕਾ ਪੂਜੇ, ਅਤੇ ਇਹ ਸਿੱਖ ਇੱਕ ਦੇ ਕੋਲੋਂ ਫਿਰ ਦੂਜਾ ਸੁਣਦਾ, ਕਹਿਣ ਲੱਗਾ ਹਾਂ ਮਹਾਰਾਜ ਮੈਂ ਵੀ ਸਹਿਮਤ ਹਾਂ, ਤੁਹਾਡੇ ਬਰਾਬਰ ਤਾਂ ਦੂਜਾ ਕੋਈ ਨਹੀਂ, ਸਾਨੂੰ ਤਾਂ ਤੁਸੀਂ ਦਿਸਦੇ ਪੈ ਜੇ, ਬਸ ਤੁਸੀਂ ਜਾਓ, ਅਸੀਂ ਤਾਂ ਕੇਵਲ ਪ੍ਰਸ਼ਾਦ ਛਕਣ ਵਾਲੇ ਹਾਂ ਵੀ ਲੰਗਰ ਵਿੱਚ ਕੀ ਬਣਿਆ, ਪਰ ਰੰਗੇ ਦੇ ਨਾਲ ਮੱਥਾ ਕੋਈ ਨਹੀਂ ਅਸੀਂ ਲਾ ਸਕਦੇ, ਉਹ ਤੁਸੀਂ ਜਾਣਾ, ਤੁਸੀਂ ਆਪ ਹੀ ਉੱਥੇ ਜਾਣਾ ਕਰੋ। ਜਿਨ ਕੋ ਨਾਮ ਸਿਮਰ ਵੋ ਕਰਵੇ, ਮਹਾਰਾਜ ਤੁਹਾਡਾ ਨਾਮ ਜਪਣ ਦੇ ਨਾਲ, ਨਾਮ ਲੈਣ ਦੇ ਨਾਲ ਵਿਘਨ ਅਨੇਕਨ ਤਤ ਛਿਨ ਹਰਵੇ, ਸਤਿਗੁਰੂ ਤੁਹਾਡਾ ਨਾਮ ਲਈਏ ਤੇ ਵਿਘਨ ਨਾਸ ਹੋ ਜਾਂਦੇ ਨੇ, ਜੇ ਤੁਸੀਂ ਆਪ ਚਲੇ ਗਏ ਤੇ ਕੰਮ ਸਾਰੇ ਸਿੱਧੇ ਹੋ ਜਾਣੇ ਹਨ। ਸੋ ਤੁਮ ਆਪ ਜਹਾਂ ਚਲ ਜਾਵੋ, ਤੀਜਾ ਬੋਲਿਆ, ਕਹਿਣ ਲੱਗਾ ਮਹਾਰਾਜ ਮੈਂ ਵੀ ਇਹਨਾਂ ਦੇ ਨਾਲ ਸਹਿਮਤ ਹਾਂ, ਤੁਸੀਂ ਚੱਲੋ, ਤੁਸੀਂ ਜਾ ਕੇ ਸਾਰੇ ਕੰਮ ਨਿਬੇੜਨਾ ਕਰੋ, ਕਾਜ ਸੰਪੂਰਨ ਸਗਲ ਬਣਾਓ, ਤੇ ਮਹਾਰਾਜ ਤੁਹਾਡੇ ਬਿਨਾਂ ਇਹ ਜਿਹੜੇ ਕੰਮ ਨੇ ਨਾ ਪੂਰੇ ਨਹੀਂ ਹੋਣੇ ਹਨ। ਦੁਸ਼ਟ ਦਰਪ ਕਹੋ ਦਮ ਨਾ ਜਾਏ, ਇਹ ਜਿਹੜਾ ਦੁਸ਼ਟ ਔਰੰਗਾ ਹੈ ਨਾ ਹੰਕਾਰੀ, ਉਸ ਹੰਕਾਰੀ ਔਰੰਗੇ ਨੂੰ ਤੁਸੀਂ ਦੱਬ ਸਕਦੇ ਜੇ ਜਾ ਕੇ, ਤੁਹਾਡੇ ਬਿਨਾਂ ਨਹੀਂ ਕਿਸੇ ਕੋਲੋਂ ਦੱਬਿਆ ਜਾਣਾ, ਤੁਸੀਂ ਉਹਦੇ ਹੰਕਾਰ ਨੂੰ ਤੋੜ ਸਕਦੇ ਹੋ। ਬਰਾਬਰ ਵਾਕ ਨਾ ਨਿਸਫਲ ਗਾਏ, ਮਹਾਰਾਜ ਤੁਹਾਡੇ ਜਿਹੜੇ ਬਚਨ ਨੇ ਨਾ ਉਹ ਕਦੇ ਨਿਸਫਲ ਨਹੀਂ ਜਾਂਦੇ, ਤੁਸੀਂ ਤੇ ਜਿਹੜਾ ਉੱਥੇ ਬਚਨ ਕਰੋਗੇ ਉਹ ਤਤ ਛਿਨ ਉਸੇ ਵੇਲੇ ਪੂਰਾ ਹੋ ਜਾਣਾ ਹੈ। ਕੇਸ਼ਰ ਦਰੋਹੀ ਮਦ ਮਤਾ, ਉਹ ਜਿਹੜਾ ਬਾਦਸ਼ਾਹ ਔਰੰਗਜ਼ੇਬ ਹੈ ਨਾ ਉਹ ਤੇ ਦਰੋਹੀ ਹੈ, ਸਿੱਧਾ ਹੀ ਪਤਾ ਵੀ ਲੋਕਾਂ ਨਾਲ ਧੋਖਾ ਕਰਦਾ, ਤੇ ਦੂਜੀ ਗੱਲ ਇਹ ਹੈ ਵੀ ਉਹ ਮਦ ਮਤਾ, ਮਦ ਨਾਮ ਹੰਕਾਰ ਦਾ ਹੈ, ਉਹ ਤੇ ਹੰਕਾਰ ਵਿੱਚ ਮਸਤ ਹੈ, ਹੰਕਾਰ ਦੇ ਨਸ਼ੇ ਵਿੱਚ ਮਸਤ ਹੈ ਔਰੰਗਜ਼ੇਬ, ਉਹਨੂੰ ਜੇ ਦੱਬ ਸਕਦੇ ਤੇ ਤੁਸੀਂ ਦੱਬ ਸਕਦੇ ਜਾ ਕੇ, ਤੁਹਾਡੇ ਬਿਨਾਂ ਦੱਬਿਆ ਨਹੀਂ ਜਾਣਾ ਕਿਸੇ ਦੇ ਕੋਲੋਂ। ਦੀਰਘ ਹੰਕਾਰੀ ਚੌਗੱਤਾ, ਉਹ ਬੜਾ ਵੱਡਾ ਹੰਕਾਰੀ ਹੈ, ਚਵਗੱਤਾ ਕਹੀਏ ਹੀ ਝਗੜਾਲੂ ਹੈ, ਇਕੱਲਾ ਹੰਕਾਰੀ ਨਹੀਂ ਹੈ, ਝਗੜਾ ਕਰਨਾ ਵੀ ਬੜਾ ਜਾਣਦਾ, ਅਤੇ ਝਗੜਾ ਵੀ ਤਾਂ ਹੰਕਾਰੀ ਨੇ ਕਰਨਾ ਹੈ ਨਾ, ਬਿਨਾਂ ਹੰਕਾਰ ਤੋਂ ਝਗੜਾ ਕਿੱਥੋਂ ਹੁੰਦਾ। ਇਹ ਕਹਿ ਰਹੇ ਨੇ ਕਹਿੰਦੇ ਮਹਾਰਾਜ ਵੀ ਉਹ ਤਾਂ ਬੜਾ ਵੱਡਾ ਝਗੜਾਲੂ ਹੈ। ਇਸ ਦੇ ਬਿਨਾਂ ਥਾਨ ਜੋ ਆਨ, ਮਹਾਰਾਜ ਇੱਕ ਵਿਚਾਰਾ ਮਾੜਾ ਜਿਹਾ ਸਿੱਖ ਪਿੱਛੇ ਬੈਠਾ ਸੀ, ਕਹਿਣ ਲੱਗਾ ਮਹਾਰਾਜ ਵੀ ਤੁਹਾਡਾ ਹੁਕਮ ਮੋੜਨ ਨੂੰ ਜੀ ਤੇ ਨਹੀਂ ਕਰਦਾ, ਪਰ ਮੈਂ ਤੁਹਾਨੂੰ ਇੱਕ ਬੇਨਤੀ ਕਰਨ ਲੱਗਾ ਹਾਂ। ਜੈ ਪਠਵੋ ਤੈ ਕਰੈ ਪਿਆਨ, ਮਹਾਰਾਜ ਮੇਰੀ ਬੇਨਤੀ ਸੁਣੋ। ਸਾਰੇ ਜਾਣੇ ਉਹਦੇ ਵੱਲ ਵੇਖਣ ਲੱਗ ਪਿਆ ਵੀ ਇਹ ਕੀ ਕਹਿਣ ਲੱਗਾ, ਕਹਿੰਦਾ ਮਹਾਰਾਜ ਵੀ ਨਾ ਨਹੀਂ ਤੁਹਾਨੂੰ ਅਸੀਂ ਕਰਦੇ, ਔਰੰਗੇ ਦੇ ਕੋਲ ਨਾ ਭੇਜੋ, ਹੋਰ ਜਿੱਧਰ ਨੂੰ ਕਹੋਗੇ ਉੱਧਰ ਨੂੰ ਚਲੇ ਜਾਵਾਂਗੇ। ਜੇ ਤੁਸੀਂ ਆਖੋ ਨਾ ਵੀ ਲੰਗਰ ਵਿੱਚ ਪ੍ਰਸ਼ਾਦ ਬੜਾ ਸੋਹਣਾ ਤਾਂ ਪਹਿਲਾਂ ਜਾ ਕੇ ਪੰਗਤ 'ਤੇ ਅਸੀਂ ਬੈਠਾਂਗੇ, ਉੱਧਰ ਨੂੰ ਨਾ ਬਿਲਕੁਲ ਨਹੀਂ ਹੈ। ਜੇ ਕਿਤਿਓਂ ਕੋਈ ਗੁਰਾਈ ਲੈ ਕੇ ਆਉਣੀ ਹੈ, ਕਿਤਿਓਂ ਕੋਈ ਵਸਤੂ ਲੈ ਕੇ ਆਉਣੀ ਹੈ, ਜਾਂ ਕਿਸੇ ਨੂੰ ਕੁਝ ਵਸਤੂ ਦੇ ਕੇ ਆਉਣੀ ਹੈ, ਉਹ ਸਾਨੂੰ ਕਹੋ ਅਤੇ ਅਸੀਂ ਝੱਟ ਹੀ ਚਲੇ ਜਾਣਾ ਹੈ, ਸਾਨੂੰ ਔਰੰਗਜ਼ੇਬ ਦੇ ਕੋਲ ਨਾ ਭੇਜੋ, ਉੱਧਰ ਨੂੰ ਮੂੰਹ ਕਰਨ ਨੂੰ ਜੀ ਨਹੀਂ ਕਰਦਾ, ਉਹਦੇ ਤੋਂ ਬਿਨਾਂ ਜਿੱਧਰ ਵੀ ਭੇਜੋਗੇ ਅਸੀਂ ਚਲੇ ਜਾਂਦੇ। ਉਹ ਮਾੜੇ ਜਿਹੇ ਵਿਚਾਰੇ ਨੇ ਪਿੱਛੋਂ ਹੱਥ ਜੋੜ ਕੇ ਇਹ ਬੇਨਤੀ ਕੀਤੀ ਹੈ, ਬੁੱਧ ਬਲ ਤੇ ਕੇ ਅਜ਼ਮਤ ਕਰਕੇ, ਕਿਉਂਕਿ ਬੁੱਧੀ ਕਰਕੇ, ਬਲ ਕਰਕੇ ਜਾਂ ਸ਼ਕਤੀ ਕਰਕੇ, ਕਾਰਜਿਆਂ ਨੇ ਸਕਲ ਸੁਧਰ ਕੇ, ਉਹ ਬੋਲਿਆ ਕਹਿਣ ਲੱਗਾ ਮਹਾਰਾਜ ਅਕਲ ਤਾਂ ਮੈਨੂੰ ਬੜੀ ਹੈ, ਕਰਾਮਾਤਾਂ ਵੀ ਮੇਰੇ ਵਿੱਚ ਹਨ, ਪਰ ਔਰੰਗੇ ਸਾਹਮਣੇ ਨਹੀਂ ਵਿਖਾ ਸਕਦਾ। ਜੇ ਉੱਦਾਂ ਕਿਸੇ ਪਿੰਡ ਵਿੱਚ ਕਿਸੇ ਨੂੰ ਵਿਖਾਉਣੀਆਂ, ਮਾੜਾ ਮੋਟਾ ਕੋਈ ਦਾਬਾ ਦਬਕਾ ਮਾਰਨਾ, ਕਿਸੇ ਨੂੰ ਡਰਾਉਣਾ, ਜਾਂ ਮਾੜੀ ਮੋਟੀ ਕਥਾ ਕਰਕੇ ਕਿਸੇ ਨੂੰ ਕੋਈ ਗਿਆਨ ਦੇਣਾ, ਇੰਨਾ ਕੁ ਤਾਂ ਮੈਂ ਕਰ ਲਵਾਂਗਾ। ਜੇ ਤੁਸੀਂ ਕਹਿੰਦੇ ਤਾਂ ਇਹੋ ਜਿਹੇ ਕੰਮ ਨਿੱਕੇ ਮੋਟੇ ਮੈਂ ਕਰ ਸਕਦਾ,
ਪਰ ਇਹ ਆਮ ਦੁਨੀਆ ਦੁਨਿਆਵੀ ਕੰਮ, ਔਰੰਗੇ ਸਾਹਮਣੇ ਮੇਰੇ ਜਾਣ ਦੀ ਹਿੰਮਤ ਨਹੀਂ ਹੈ। ਰਾਵਰ ਸਰਬ ਭਾਂਤ ਸਮਰੱਥ, ਉਹ ਵੀ ਬੋਲਿਆ ਉਹ ਮਾੜਾ ਸਿੱਖ, ਮਹਾਰਾਜ ਔਰੰਗਜ਼ੇਬ ਦੇ ਨਾਲ ਤਾਂ ਫਿਰ ਤੁਸੀਂ ਜਾ ਕੇ ਮੱਥਾ ਲਾਓ, ਤੁਸੀਂ ਸਮਰੱਥ ਹੋ, ਤੁਸੀਂ ਜਾ ਕੇ ਉਸ ਨੂੰ ਜਵਾਬ ਦੇ ਸਕਦੇ ਹੋ। ਜਿਸ ਕੇ ਸੀਸ ਧਰੋ ਨਿਜ ਹੱਥ, ਮਹਾਰਾਜ ਜਾਂ ਫਿਰ ਜੇ ਤੁਸੀਂ ਨਹੀਂ ਨਾ ਜਾਣਾ ਤੇ ਫਿਰ ਜਿਹਦੇ ਸਿਰ ਤੇ ਤੁਸੀਂ ਹੱਥ ਰੱਖੋ ਆਪਣੀ ਕਿਰਪਾ ਦਾ, ਆਪਣੀ ਮਿਹਰ ਦਾ, ਤੇ ਕੋਈ ਇਹੋ ਜਿਹਾ ਫਿਰ ਗੁਰਸਿੱਖ ਤਿਆਰ ਕਰੋ ਜਿਹਦੇ ਉੱਪਰ ਤੁਹਾਡਾ ਮਿਹਰ ਦਾ ਹੱਥ ਹੋਵੇ, ਜਾਂ ਫਿਰ ਹੋ ਜਾਵੇ, ਜੇ ਉਹ ਨਹੀਂ ਜਾਂਦਾ ਤਾਂ ਫਿਰ ਤੁਸੀਂ ਜਾਣਾ ਕਰੋ ਜੀ। ਸੋ ਸਭ ਕਿਸ਼ ਕਰ ਸਕੈ ਜੋ ਚਾਹੇ। ਤੇ ਮਹਾਰਾਜ ਗੱਲ ਇਹ ਹੈ ਜੇ ਸਾਡੇ ਵਿੱਚੋਂ ਭੇਜਣਾ ਵੀ ਚਾਹੁੰਦੇ ਹੋ ਨਾ ਤੇ ਫਿਰ ਇੰਨੀਆਂ ਵਡਿਆਈਆਂ ਦੇ ਕੇ ਭੇਜੋ ਵੀ ਜੋ ਅਸੀਂ ਉੱਥੇ ਜਾ ਕੇ ਚਾਹੀਏ ਨਾ ਵੀ ਆਹ ਕੰਮ ਹੋ ਜਾਵੇ ਤੇ ਬਸ ਹੋ ਹੀ ਜਾਵੇ, ਫਿਰ ਉੱਥੇ ਟਾਈਮ ਕੋਈ ਨਾ ਲੱਗੇ। ਜੇ ਅਸੀਂ ਆਖੀਏ ਨਾ ਵੀ ਆਕਾਸ਼ ਦੇ ਵਿੱਚ ਪੰਜ ਸੂਰਜ ਚੜ੍ਹੇ ਨੇ ਤੇ ਸਾਡੇ ਕਹਿੰਦਿਆਂ ਪੰਜ ਸੂਰਜ ਦਿਸਣ ਲੱਗ ਪੈਣ, ਜਾਂ ਤਾਂ ਫਿਰ ਇੰਨਾ ਬਲਵਾਨ ਬਣਾ ਕੇ ਭੇਜੋ, ਇੰਨੀ ਕਰਾਮਾਤ ਦੇ ਕੇ, ਇੰਨਾ ਤਾਕਤਵਰ ਬਣਾ ਕੇ ਭੇਜੋ, ਤਾਂ ਤਾਂ ਗੱਲ ਬਣਦੀ ਹੈ, ਫਿਰ ਕੋਈ ਜਾਣ ਵਾਸਤੇ ਤਿਆਰ ਹੋ ਸਕਦਾ ਹੈ। ਇਸਦੇ ਅੱਗੇ ਅਰੇ ਉਹਨਾਂ ਰਹੇ, ਅਤੇ ਜਿਹਦੇ ਅੱਗੇ ਕੋਈ ਅੜੇ ਨਾ। ਬਾਦਸ਼ਾਹ ਔਰੰਗਜ਼ੇਬ ਜਿੰਨੀ ਮਰਜ਼ੀ ਜ਼ਿੱਦ ਕਰੇ, ਜਿੰਨਾ ਮਰਜ਼ੀ ਗੁੱਸਾ ਵਿਖਾਵੇ, ਜਿੰਨੀਆਂ ਮਰਜ਼ੀ ਗਿਆਨ ਦੀਆਂ ਗੱਲਾਂ ਕਰੇ, ਗੁਰਸਿੱਖ ਇਹੋ ਜਿਹਾ ਭੇਜੋ ਤਿਆਰ ਕਰਕੇ, ਇੰਨੀ ਤਾਕਤ ਦੇ ਕੇ ਵੀ ਉਹਦੇ ਅੱਗੇ ਕੋਈ ਚੀਜ਼ ਅੜ ਨਾ ਸਕੇ, ਕੋਈ ਇਹੋ ਜਿਹਾ ਗੁਰਸਿੱਖ ਭੇਜਣਾ ਕਰੋ। ਰਾਸ ਦੇ ਸੁਰਪਤ ਸੁਰ ਭਾਉਣ, ਅਤੇ ਤੁਹਾਡਾ ਸਿੱਖ ਇੰਨਾ ਤਗੜਾ ਹੋਵੇ ਵੀ ਤੁਹਾਡੇ ਸਿੱਖ ਦਾ ਡਰ ਤੇ ਇੰਦਰ ਵੀ ਮੰਨੇ, ਜੇ ਇੰਦਰ ਵੱਲ ਵੇਖ ਵੀ ਲਵੇ ਨਾ ਸਿੱਖ ਤੇ ਇੰਦਰ ਵੀ ਕੰਮਾਂ ਲੱਗ ਪਵੇ। ਇੰਨੀ ਤਾਕਤ ਦੇ ਕੇ ਭੇਜੋ ਜੇ ਕਿਸੇ ਨੂੰ ਭੇਜਣਾ ਚਾਹੁੰਦੇ। ਜੇ ਔਰੰਗੇ ਦੇ ਨਾਲ ਮੱਥਾ ਲਾਉਣਾ ਸੌਖੀ ਗੱਲ ਥੋੜ੍ਹੀ ਹੈ, ਇੰਨੀਆਂ ਵਡਿਆਈਆਂ ਦੇ ਨਾਲ ਨਿਵਾਜੋ ਵੀ ਉਹ ਸਿੱਖ ਦਾ ਭੈ ਇੰਦਰ ਦੇਵਤਾ ਵੀ ਮੰਨੇ, ਜਾਂ ਤਾਂ ਫਿਰ ਇਸ ਤਰ੍ਹਾਂ ਦਾ ਕੋਈ ਸਿੱਖ ਤਿਆਰ ਕਰਨਾ ਕਰੋ। ਇਸ ਅੱਗੇ ਇਹ ਬਪੁਰਾ ਕੌਣ, ਅਤੇ ਫਿਰ ਜਿਹੜੇ ਸਿੱਖ ਤੋਂ ਇੰਦਰ ਡਰੇਗਾ ਅਤੇ ਫਿਰ ਔਰੰਗਜ਼ੇਬ ਦੀ ਕਿਹੜੀ ਗਿਣਤੀ ਹੈ, ਫਿਰ ਤਾਂ ਵਿਚਾਰਾ ਹੀ ਹੈ ਨਾ ਔਰੰਗਜ਼ੇਬ, ਉਹਦੇ ਸਾਹਮਣੇ ਕੋਈ ਵੱਡੀ ਚੀਜ਼ ਨਹੀਂ ਹੈ। ਪਹੁੰਚਣ ਤਾਂ ਯੋਗਤਾ ਰਾਵਰ, ਅਤੇ ਪਰ ਉਹਨੇ ਵੀ ਬਾਅਦ ਵਿੱਚ ਇਹ ਗੱਲ ਕੀਤੀ ਵੀ ਮਹਾਰਾਜ ਇਹ ਗੱਲਾਂ ਹੁਣ ਤੁਸੀਂ ਕਿਸੇ ਨੂੰ ਪਹਿਲਾਂ ਬਣਾਓਗੇ ਅਤੇ ਫਿਰ ਜਾਵੇਗਾ, ਅਤੇ ਆਪ ਤਾਂ ਤੁਸੀਂ ਬਣੇ ਬਣਾਏ ਹੀ ਹੋ, ਮਹਾਰਾਜ ਕਿਉਂ ਕਿਸੇ ਨੂੰ ਬਣਾਉਣਾ। ਸਾਡੀ ਸਹਿਮਤੀ ਇਸੇ ਵਿੱਚ ਹੈ ਵੀ ਤੁਸੀਂ ਆਪ ਹੀ ਜਾਓ, ਇਹ ਕੰਮ ਤੁਸੀਂ ਕਰ ਸਕਦੇ ਹੋ। ਅਵਰ ਸੁਣਤ ਹੀ ਹੋਤ ਡਰਾਓ, ਬਾਕੀ ਤੇ ਲੋਕ ਔਰੰਗਜ਼ੇਬ ਦਾ ਨਾਂ ਸੁਣ ਕੇ ਡਰਨ ਲੱਗ ਪੈਂਦੇ, ਜਿਵੇਂ ਚੂਹਾ ਬਿੱਲੀ ਨੂੰ ਵੇਖ ਕੇ ਭੱਜਦਾ ਨਾ, ਔਰੰਗਜ਼ੇਬ ਇਸ ਵੇਲੇ ਬਿੱਲਾ ਹੀ ਹੈ, ਅਤੇ ਮਹਾਰਾਜ ਉਹਦਾ ਤੇ ਨਾਮ ਸੁਣ ਕੇ ਸਾਨੂੰ ਡਰ ਲੱਗਦਾ, ਅਸੀਂ ਉੱਧਰ ਨੂੰ ਜਾ ਨਹੀਂ ਸਕਦੇ। ਹਾਂ, ਸਰਵ ਸਭਾ ਕੇ ਸੁਣ ਕਰ ਬੈਨ, ਜਦੋਂ ਸਾਰੀ ਸਭਾ ਨੇ ਇਹ ਗੱਲ ਆਖੀ ਨਾ, ਸਾਰਿਆਂ ਨੇ, ਮਹਾਰਾਜ ਨੇ ਸੁਣੇ ਬਚਨ ਵੀ ਇਹ ਸਿੱਖ ਪਹਿਲਾਂ ਤਾਂ ਬੜੀਆਂ ਵੱਡੀਆਂ ਵੱਡੀਆਂ ਗੱਲਾਂ ਕਰਦੇ, ਅੱਜ ਕਹਿੰਦੇ ਵੀ ਦਿੱਲੀ ਨੂੰ ਮੂੰਹ ਨਹੀਂ ਕਰਨਾ। ਸਾਰਿਆਂ ਦੀ ਗੱਲ ਸੁਣ ਕੇ ਪਾਤਸ਼ਾਹ ਜੀ, ਸ੍ਰੀ ਹਰਿ ਰਾਏ ਜਿਨੋ ਕਿਤ ਭੈਣ, ਮਹਾਰਾਜ ਨੂੰ ਡਰ ਨਹੀਂ ਹੈ ਕਿਸੇ ਦਾ, ਨਾ ਔਰੰਗੇ ਦਾ ਅਤੇ ਨਾ ਔਰੰਗੇ ਵਰਗਿਆਂ ਦਾ, ਕੋਈ ਡਰ ਨਹੀਂ ਪਾਤਸ਼ਾਹ ਨੂੰ। ਜਿਹੜੇ ਡਰ ਤੋਂ ਰਹਿਤ ਨੇ ਨਾ ਮਹਾਰਾਜ ਸਾਹਿਬ ਜੀ ਨਿਰਭਉ ਨੇ। ਪਾਤਸ਼ਾਹ ਕਹਿਣ ਲੱਗੇ, ਸ੍ਰੀ ਮੁਖ ਬਾਕ ਸੁਧੀਰ ਬਖਾਨੇ, ਮਹਾਰਾਜ ਨੇ ਬਚਨ ਸੁਣੇ ਨਾ ਬੜੀ ਧੀਰਜ ਦੇ ਨਾਲ, ਬੜੇ ਠਰਮੇ ਦੇ ਨਾਲ। ਪਾਤਸ਼ਾਹ ਜੀ ਕਹਿਣ ਲੱਗੇ, ਹਮਨੇ ਪ੍ਰਣ ਪੂਰਵ ਹੀ ਠਾਨੇ, ਮਹਾਰਾਜ ਕਹਿੰਦੇ ਗੁਰਸਿੱਖੋ ਤੁਹਾਡੀ ਗੱਲ ਬਿਲਕੁਲ ਠੀਕ ਹੈ, ਅਸੀਂ ਤਖਤ 'ਤੇ ਬੈਠੇ ਹਾਂ ਗੁਰਗੱਦੀ 'ਤੇ, ਜਾਣਾ ਸਾਡਾ ਹੀ ਬਣਦਾ ਹੈ ਕਿਉਂਕਿ ਸੁਣਿਆ ਸਾਨੂੰ ਆਇਆ, ਅਤੇ ਅਸੀਂ ਚਲੇ ਵੀ ਜਾਣਾ ਸੀ, ਪਰ ਅਸੀਂ ਗਏ ਤਾਂ ਨਹੀਂ ਕਿਉਂਕਿ ਅਸੀਂ ਤਖਤ 'ਤੇ ਬੈਠਣ ਤੋਂ ਪਹਿਲਾਂ ਹੀ ਇਹ ਪ੍ਰਣ ਕੀਤਾ, ਇਹ ਬਚਨ ਪਹਿਲਾਂ ਹੀ ਕੀਤਾ ਹੋਇਆ। ਕਿਹੜਾ ਬਚਨ ਹੈ? ਨਹਿ ਮਲੇਸ਼ ਕਹੋ ਦਰਸ਼ਨ ਦੇਣਾ, ਇਸ ਮਲੇਸ਼ ਨੂੰ ਅਸੀਂ ਆਪਣੀ ਉਮਰ ਦਰਸ਼ਨ ਨਹੀਂ ਦੇਣੇ, ਅਸੀਂ ਇਹ ਪ੍ਰਣ ਕਰ ਚੁੱਕੇ ਹਾਂ ਪਹਿਲਾਂ ਹੀ, ਜਿੰਨਾ ਚਿਰ ਸਾਡਾ ਸਰੀਰ ਹੈ ਨਾ ਅਸੀਂ ਇਹਨੂੰ ਦਰਸ਼ਨ ਨਹੀਂ ਦੇਵਾਂਗੇ, ਇਹਦੇ ਮੱਥੇ ਨਹੀਂ ਲਗਾਂਗੇ।
ਜੇ ਅਸੀਂ ਇਹ ਪ੍ਰਣ ਨਾ ਕੀਤਾ ਹੁੰਦਾ ਤਾਂ ਫਿਰ ਅਸੀਂ ਚਲੇ ਜਾਣਾ ਸੀ, ਪਰ ਹੁਣ ਇਹ ਪ੍ਰਣ ਕੀਤਾ, ਹੁਣ ਅਸੀਂ ਆਪਣਾ ਵਚਨ ਪੂਰਾ ਕਰਾਂਗੇ ਅਤੇ ਮੱਥੇ ਨਹੀਂ ਲੱਗਣਾ। ਨਹੀਂ ਮੱਥੇ ਲੱਗੇ ਸੱਤਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਜੀ ਆਪਣੀ ਉਮਰ ਦੇ ਵਿੱਚ, ਅਤੇ ਨਹੀਂ ਮੱਥੇ ਲੱਗੇ ਧੰਨ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਆਪਣੀ ਉਮਰ ਦੇ ਵਿੱਚ। ਬਾਦਸ਼ਾਹ ਨੇ ਜ਼ੋਰ ਬੜਾ ਲਾਇਆ, ਅਤੇ ਜਦੋਂ ਔਰੰਗਜ਼ੇਬ ਨੂੰ ਪਤਾ ਲੱਗਾ ਨਾ ਵੀ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਸਰੀਰ ਛੱਡ ਗਏ ਨੇ, ਵੀ ਉਹਨਾਂ ਦਾ ਸਰੀਰ ਪਿਆ ਹੋਇਆ, ਅਤੇ ਆਪਣੀ ਫੌਜ ਦੇ ਸਮੇਤ ਆ ਗਿਆ ਸੀ, ਹੁਣ ਕੀ ਕਰ ਲੈਣਗੇ ਸਿੱਖ ਮਹਾਰਾਜ, ਤਾਂ ਸਰੀਰ ਛੱਡ ਗਏ ਨੇ, ਮੈਂ ਸਰੀਰ ਦੇ ਹੀ ਦਰਸ਼ਨ ਕਰ ਲਵਾਂ, ਮ੍ਰਿਤਕ ਸਰੀਰ ਦੇ ਦਰਸ਼ਨ ਕਰਨ ਆ ਗਿਆ। ਸਿੱਖ ਰੋਕਣਾ ਚਾਹੁੰਦੇ ਪਰ ਰੋਕ ਨਹੀਂ ਸਕੇ, ਅਤੇ ਜਿਸ ਕਮਰੇ ਦੇ ਵਿੱਚ ਮਹਾਰਾਜ ਸਾਹਿਬ ਜੀ ਦਾ ਸਰੀਰ ਰੱਖਿਆ ਸੀ ਨਾ, ਜਦੋਂ ਉਹ ਦਰਵਾਜ਼ਾ ਖੋਲ੍ਹ ਕੇ ਔਰੰਗਜ਼ੇਬ ਅੰਦਰ ਵੜਿਆ, ਵਿਦਵਾਨ ਕਹਿੰਦੇ ਨੇ ਵੀ ਮਹਾਰਾਜ ਦੇ ਸਰੀਰ ਦੇ ਦਰਸ਼ਨ ਤਾਂ ਨਹੀਂ ਹੋਏ, ਸਤਿਗੁਰਾਂ ਨੇ ਸਰੀਰ ਇਹਦੀਆਂ ਅੱਖਾਂ ਤੋਂ ਪਰੇ ਕਰ ਲਿਆ, ਗੁਪਤ ਕਰ ਲਿਆ, ਪਰ ਇਹਨੂੰ ਅੰਦਰੋਂ ਇੰਨਾ ਭੈ ਆਇਆ, ਇੰਨਾ ਡਰ ਆਇਆ ਵੀ ਮੰਨ ਲਓ ਵੀ ਇਹ ਮੌਤ ਦੇ ਮੂੰਹ ਵਿੱਚ ਚਲਾ ਗਿਆ ਹੋਵੇ। ਡਰ ਕੇ ਮਾਰੇ ਛੇਤੀ ਦੇ ਨਾਲ ਬਾਹਰ ਨੂੰ ਭੱਜਿਆ, ਮੱਥੇ ਤੋਂ ਤਰੇਲੀਆਂ ਆ ਗਈਆਂ, ਸਰੀਰ ਕੰਬਣ ਲੱਗ ਪਿਆ, ਅਤੇ ਡਰਦਾ ਹੋਇਆ ਭੱਜ ਕੇ ਚਲਾ ਗਿਆ ਆਪਣੇ ਘਰ ਨੂੰ। ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਦੇ ਦਰਸ਼ਨ ਨਹੀਂ ਕਰ ਸਕਿਆ, ਮ੍ਰਿਤਕ ਸਰੀਰ ਦੇ ਵੀ ਨਹੀਂ ਕਰ ਸਕਿਆ। ਗੁਰੂ ਹਰਿਰਾਏ ਸਾਹਿਬ ਜੀ ਕਹਿ ਰਹੇ ਨੇ, ਕਹਿੰਦੇ ਵੀ ਭਾਈ ਅਸੀਂ ਚਲੇ ਜਾਂਦੇ ਕੋਈ ਗੱਲ ਨਹੀਂ, ਸਾਨੂੰ ਔਰੰਗਜ਼ੇਬ ਦਾ ਡਰ ਕੋਈ ਨਹੀਂ ਹੈ, ਪਰ ਅਸੀਂ ਇਹ ਇੱਕ ਵਚਨ ਕਰ ਬੈਠੇ ਹਾਂ ਪਹਿਲਾਂ ਵੀ ਇਹਦੇ ਮੱਥੇ ਨਹੀਂ ਅਸੀਂ ਲੱਗਣਾ, ਇਸ ਕਰਕੇ ਅਸੀਂ ਤਾਂ ਨਹੀਂ ਜਾਂਦੇ ਪਏ, ਤਾਂ ਅਸੀਂ ਤੁਹਾਨੂੰ ਬੁਲਾਇਆ ਹੈ। ਮੈਂ ਕਬ ਤੁਰਕਪਤੀ ਕੋ ਲੈਣਾ, ਅਤੇ ਅਸੀਂ ਨਾ ਉਹਨੂੰ ਦਰਸ਼ਨ ਦੇਣੇ ਨੇ ਨਾ ਹੀ ਉਹਦੇ ਦਰਸ਼ਨ ਅਸੀਂ ਲੈਣੇ ਨੇ। ਜੇ ਬਾਦਸ਼ਾਹ ਔਰੰਗਜ਼ੇਬ ਆਪ ਵੀ ਆ ਜਾਵੇ ਨਾ ਕੀਰਤਪੁਰ, ਵੀ ਗੁਰੂ ਹਰਿਰਾਏ ਸਾਹਿਬ ਨਹੀਂ ਆਏ ਤਾਂ ਚਲੋ ਮੈਂ ਚਲੇ ਜਾਂਦਾ, ਸਤਿਗੁਰੂ ਕਹਿੰਦੇ ਜੇ ਆਪ ਵੀ ਆ ਗਿਆ ਤਾਂ ਅਸੀਂ ਉਹਨੂੰ ਆਏ ਨੂੰ ਵੀ ਆਪਣਾ ਮੁੱਖ ਨਹੀਂ ਵਿਖਾਵਾਂਗੇ, ਆਪਣਾ ਚਿਹਰਾ ਨਹੀਂ ਵਿਖਾਵਾਂਗੇ, ਭਾਵੇਂ ਉਹ ਆਪ ਵੀ ਆਵੇ ਉਹਨੂੰ ਆਏ ਨੂੰ ਵੀ ਅਸੀਂ ਦਰਸ਼ਨ ਨਹੀਂ ਦੇਣੇ ਹਨ। ਤੇ ਹਮਰੋ ਹੋਏ ਨਾ ਜਾਣੋ, ਇਸ ਕਰਕੇ ਗੁਰੂ ਕਿਉਂ ਸਿੱਖੋ ਵੀ ਸਾਡਾ ਤੇ ਜਾਣਾ ਫਿਰ ਨਹੀਂ ਬਣ ਸਕਦਾ, ਅਸੀਂ ਨਹੀਂ ਜਾਣਾ ਚਾਹੁੰਦੇ, ਅਸੀਂ ਨਹੀਂ ਜਾਣਾ ਹੈ। ਮਿਲੇ ਨਾ ਬੋਲੇ ਨਿਸ਼ਚੈ ਜਾਣੋ, ਅਸੀਂ ਇਹ ਵਚਨ ਕੀਤਾ ਵੀ ਨਾ ਉਹਦੇ ਨਾਲ ਮਿਲਣਾ ਨਾ ਹੀ ਉਹਦੇ ਨਾਲ ਗੱਲ ਕਰਨੀ ਹੈ, ਗੱਲ ਕਰਨੀ ਵੀ ਉਹਦੇ ਨਾਲ ਨਹੀਂ, ਨਾ ਉਹਨੂੰ ਗੱਲ ਕੋਈ ਸੁਣਾਉਣੀ ਹੈ, ਨਾ ਉਹਦੀ ਗੱਲ ਆਪ ਕੰਨਾਂ ਨਾਲ ਸੁਣਨੀ ਹੈ, ਨਾ ਅਸੀਂ ਉਹਦੇ ਮੱਥੇ ਲੱਗਣਾ, ਨਾ ਉਹ ਸਾਡੇ ਮੱਥੇ ਲੱਗੇ, ਇਹ ਅਸੀਂ ਆਪਣੀ ਜ਼ਿੰਦਗੀ ਦਾ ਇੱਕ ਪ੍ਰਣ ਕੀਤਾ ਹੋਇਆ ਹੈ। ਅਸੀਂ ਧਰਮ ਕੋ ਕਰੈ ਨਿਭਾਹਨ, ਅਸੀਂ ਤਾਂ ਇਸ ਧਰਮ ਨੂੰ ਪੂਰਾ ਨਿਭਾਵਾਂਗੇ, ਇਹ ਅਸੀਂ ਵਚਨ ਆਪਣਾ ਪੂਰਾ ਸਫਲਾ ਕਰਨਾ ਹੈ। ਹਮ ਤਿਸਕੇ ਅਨੁਸਾਰੀ ਨਾਹਿਨ, ਦੂਜੀ ਗੱਲ ਇਹ ਹੈ ਅਸੀਂ ਕੋਈ ਗੁਲਾਮ ਥੋੜ੍ਹੀ ਹਾਂ ਵੀ ਉਹ ਬੁਲਾਵੇ ਅਤੇ ਅਸੀਂ ਭੱਜੇ ਜਾਈਏ, ਗੁਲਾਮਾਂ ਦਾ ਕੰਮ ਹੁੰਦਾ ਭੱਜਣਾ ਦੌੜਨਾ ਗੱਲ ਮੰਨਣੀ, ਅਸੀਂ ਉਹਦੇ ਅਨੁਸਾਰੀ ਨਹੀਂ, ਉਹਦੇ ਹੁਕਮ ਦੇ ਬੱਧੇ ਹੋਏ ਨਹੀਂ। ਇੱਕ ਤੋਂ ਜਨਮ ਤੁਰਕ ਘਰ ਪਾਇਓ, ਇੱਕ ਤੇ ਗੱਲ ਹੈ ਵੀ ਉਹਨੇ ਮੁਗਲਾਂ ਦੇ ਘਰ ਮੁਸਲਮਾਨਾਂ ਦੇ ਘਰ ਵਿੱਚ ਜਨਮ ਲਿਆ ਹੈ, ਦੂਜੀ ਜਗ ਸੋਂ ਦਰੋਹ ਮਚਾਇਓ, ਅਤੇ ਦੂਜੀ ਗੱਲ ਇਹ ਹੈ ਵੀ ਦੁਨੀਆਂ ਨੂੰ ਦੁੱਖ ਦੇਈ ਬੈਠਾ, ਉਹ ਪਾਪੀ ਏਡਾ ਹੈ, ਉਹਨੇ ਬੜੇ ਬੜੇ ਸਾਧੂਆਂ ਦਾ ਸੰਤਾਂ ਦਾ ਫਕੀਰਾਂ ਦਾ ਕਤਲ ਕੀਤਾ, ਬੜੇ ਬੜੇ ਧਾਰਮਿਕ ਸਥਾਨ ਢਾਹ ਕੇ ਉਹਨੇ ਪਾਪ ਕੀਤਾ, ਜੇ ਅੱਜ ਅਸੀਂ ਉਹਨੂੰ ਦਰਸ਼ਨ ਅਸੀਂ ਦੇ ਦਿੱਤੇ ਉਹਦੇ 'ਤੇ ਕਈ ਪਾਪ ਨਸ਼ਟ ਹੋ ਜਾਣੇ ਸਾਡੇ ਦਰਸ਼ਨ ਕਰਕੇ, ਅਸੀਂ ਉਹਨੂੰ ਤਾਂ ਦਰਸ਼ਨ ਨਹੀਂ ਦੇਣੇ ਵੀ ਉਹ ਜਿਹੜੇ ਪਾਪ ਕਰਦਾ ਪਿਆ ਉਹਦੀ ਪੂਰੀ ਪੂਰੀ ਸਜ਼ਾ ਉਹਨੂੰ ਮਿਲੇ, ਇਸ ਇਹੋ ਜਿਹੇ ਪਾਪੀ ਦੇ ਅਸੀਂ ਮੱਥੇ ਨਹੀਂ ਲੱਗਣਾ ਹੈ। ਦੂਜੀ ਪਿਤਾ ਭਰਾਤ ਸੰਘਾਰੇ, ਅਤੇ ਤੀਜੀ ਗੱਲ ਇਹ ਹੈ, ਪਹਿਲੀ ਤਾਂ ਗੱਲ ਇਹ ਵੀ ਅਸੀਂ ਉਹਦੇ ਮੱਥੇ ਨਹੀਂ ਲੱਗਣਾ, ਉਹਦੇ ਦਰਸ਼ਨ ਨਹੀਂ ਕਰਨੇ, ਦੂਜੀ ਗੱਲ ਇਹ ਹੈ ਉਹ ਸਾਧੂ ਸੰਤਾਂ ਦਾ ਦੁਖੀ ਹੈ ਉਹਦੇ ਮੱਥੇ ਨਹੀਂ ਲੱਗਣਗੇ, ਤੀਜੀ ਗੱਲ ਇਹ ਹੈ ਉਹ ਪਾਪੀ ਏਡਾ ਹੈ ਉਹਨੇ ਆਪਣੇ ਭਰਾ ਵੀ ਮਰਵਾਏ ਨੇ, ਆਪਣੇ ਬਾਪ ਨੂੰ ਵੀ ਮਰਵਾਇਆ, ਜਿਹੜਾ ਭਰਾ ਨੂੰ ਨਹੀਂ ਛੱਡਦਾ ਬਾਪ ਨੂੰ ਨਹੀਂ ਛੱਡਦਾ,
ਇਹੋ ਜਿਹੇ ਹਥਿਆਰੇ ਨੂੰ ਤਾਂ ਅਸੀਂ ਮਿਲਣਾ ਹੀ ਨਹੀਂ। ਇਹ ਚੌਥੀ ਗੱਲ ਸਾਡੀ, ਇਹ ਸਾਡਾ ਵਚਨ ਹੈ। ਚਤੁਰਥ ਸੰਤ ਕਰੇ ਦੁਖਿਆਰੇ। ਅਤੇ ਚੌਥੀ ਗੱਲ ਇਹ ਆ ਵੀ ਵੱਡੇ ਵੱਡੇ ਸੰਤਾਂ ਨੂੰ ਉਹਨੇ ਦੁੱਖ ਦਿੱਤਾ ਹੋਇਆ, ਜਿਹੜੇ ਜਿਉਂਦੇ ਨੇ ਉਹ ਵੀ ਦੁਖੀ ਨੇ, ਜਿਹੜੇ ਮਾਰ ਦਿੱਤੇ ਉਹ ਵੀ ਦੁੱਖ ਦੇ ਕੇ ਉਸਨੇ ਮਾਰੇ ਹਨ। ਪੰਚਮ ਬ੍ਰਹਮ ਗਿਆਨ ਜਿਸ ਹੋਵਾ। ਅਤੇ ਪੰਜਵੀਂ ਗੱਲ ਹੈ ਜਿਹਨਾਂ ਨੂੰ ਬ੍ਰਹਮ ਗਿਆਨ ਹੈ। ਜਿਸ ਕੋ ਹਥਪੁਨ ਸੁਖ ਸੋ ਸੋਵਾ। ਅਤੇ ਉਹ ਐਸੇ ਸਾਧੂ ਨੂੰ ਮਾਰ ਕੇ ਅਤੇ ਹਾਲੇ ਵੀ ਜਿਉਂਦਾ, ਬ੍ਰਹਮ ਗਿਆਨੀ ਹੈ, ਸਰਮਦ ਨਾਮ ਦਾ ਫਕੀਰ, ਇਹੋ ਜਿਹਾ ਬ੍ਰਹਮ ਗਿਆਨੀ ਦਾ ਉਸਨੇ ਕਤਲ ਕੀਤਾ ਹੈ। ਸਰਮਦ ਨਾਮ ਕਹੇ ਜਿਸ ਕੇਰਾ। ਜਿਸ ਨੂੰ ਦੁਨੀਆਂ ਦੇ ਲੋਕ ਸਰਮਦ ਦੇ ਨਾਮ ਦੇ ਨਾਲ ਯਾਦ ਕਰਦੇ ਹਨ। ਸਰਵ ਸ਼ਕਤ ਮੈਂ ਪ੍ਰਭੂ ਵਡੇਰਾ। ਅਤੇ ਉਹ ਸਾਰੀਆਂ ਸ਼ਕਤੀਆਂ ਦੇ ਕਰਕੇ ਵੱਡਾ ਹੈ, ਉਹਦੇ ਵਰਗਾ ਕੋਈ ਹੋਰ ਨਹੀਂ ਹੈ। ਇਤਿਆਦਿਕ ਗਨ ਪਾਪ ਪਨਪੁਸ਼ਟ। ਮਹਾਰਾਜ ਕਹਿੰਦੇ ਵੀ ਇਹ ਉਸਨੇ ਬੜੇ ਵੱਡੇ ਪਾਪ ਕੀਤੇ ਹਨ। ਕੌਣ ਸੰਤ ਮਿਲ ਹੈ ਇਸ ਦੁਸ਼ਟ। ਅਸੀਂ ਤੇ ਕੀ, ਕੋਈ ਵੀ ਰੱਬ ਦੀ ਬੰਦਗੀ ਕਰਨ ਵਾਲਾ ਉਹਨੂੰ ਮਿਲੇਗਾ ਨਹੀਂ, ਨਾ ਅਸੀਂ ਮਿਲਣਾ, ਨਾ ਕੋਈ ਹੋਰ ਰੱਬ ਦਾ ਕੋਈ ਸਾਧੂ ਸੰਤ ਔਰੰਗਜ਼ੇਬ ਦੇ ਮੱਥੇ ਨਹੀਂ ਲੱਗੇਗਾ। ਇਹ ਤੇ ਕੁਝ ਕਾਰਨ ਨੇ, ਕੁਝ ਕਾਰਨ ਹੋਰ ਵੀ ਨੇ ਵੀ ਅਸੀਂ ਕਿਉਂ ਨਹੀਂ ਔਰੰਗਜ਼ੇਬ ਦੇ ਕੋਲ ਜਾਣਾ, ਉਹ ਮਹਾਰਾਜ ਦੱਸਣਗੇ, ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕਰਾਂਗੇ। ਸਤਿਗੁਰੂ ਕਿਹੜੇ ਕਿਹੜੇ ਬਚਨ ਕਰਦੇ ਨੇ ਅਤੇ ਬਾਬਾ ਰਾਮ ਰਾਏ ਜੀ ਕਿਵੇਂ ਤਿਆਰ ਹੁੰਦੇ ਨੇ, ਉਹਨਾਂ ਨਾਲ ਕਿਹੜੇ ਕਿਹੜੇ ਬਚਨ ਪਾਤਸ਼ਾਹ ਕਰਦੇ, ਇਹ ਆਪਾਂ ਅਗਲੇ ਦੀਵਾਨ ਵਿੱਚ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ, ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ। 9 ਤਰੀਕ ਨੂੰ ਸਵੇਰੇ ਆਪਣੇ ਇਸ ਸਥਾਨ ਤੋਂ ਦਰਸ਼ਨ ਕਰਨ ਵਾਸਤੇ ਗੁਰਧਾਮਾਂ ਦੇ ਬੱਸ ਜਾ ਰਹੀ ਹੈ। ਗੁਰਦੁਆਰਾ ਸਾਹਿਬ ਸੁਲਤਾਨਪੁਰ ਦੇ ਸਾਰੇ ਗੁਰਦੁਆਰਿਆਂ ਦੇ ਦਰਸ਼ਨ ਕਰਨ ਤੋਂ ਮਗਰੋਂ ਗੋਇੰਦਵਾਲ ਸਾਹਿਬ ਦੇ ਦਰਸ਼ਨ ਕਰਨੇ ਨੇ, ਗੋਇੰਦਵਾਲ ਤੋਂ ਖਡੂਰ ਸਾਹਿਬ ਦੇ ਦਰਸ਼ਨ ਕਰਨੇ ਨੇ। ਰਾਤ ਨੂੰ ਸੰਗਤਾਂ ਦੀ ਬੱਸ ਜਿਹੜੀ ਹੈ ਉਹ ਖਡੂਰ ਸਾਹਿਬ ਵਿਖੇ ਵਿਸ਼ਰਾਮ ਕਰੇਗੀ। 10 ਤਰੀਕ ਨੂੰ ਸਵੇਰੇ ਬਾਬਾ ਬਕਾਲਾ ਸਾਹਿਬ, ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਸਥਾਨ ਹੈ, ਬਾਬਾ ਬਕਾਲਾ ਸਾਹਿਬ ਤੋਂ ਫਿਰ ਬਟਾਲਾ ਨਗਰ ਗੁਰੂ ਨਾਨਕ ਸਾਹਿਬ ਜੀਆਂ ਦੇ ਸਹੁਰਿਆਂ ਦਾ ਪਿੰਡ ਹੈ, ਅਤੇ ਫਿਰ ਡੇਰਾ ਬਾਬਾ ਨਾਨਕ, ਇਹਨਾਂ ਸਥਾਨਾਂ ਦੇ ਦਰਸ਼ਨ ਕਰਕੇ 10 ਤਰੀਕ ਨੂੰ ਸ਼ਾਮ ਨੂੰ ਬੱਸ ਵਾਪਸ ਆਵੇਗੀ। 9 ਤਰੀਕ ਨੂੰ ਸਵੇਰੇ ਜਾਣਾ, 10 ਤਰੀਕ ਨੂੰ ਵਾਪਸੀ, ਇੱਕ ਰਾਤ ਲੱਗੇਗੀ, ਜਿਸ ਦਾ ਕਿਰਾਇਆ 650 ਰੁਪਈਆ ਪਰ ਸਵਾਰੀ ਹੈ। 350 ਰੁਪਈਆ ਸਵਾਰੀ ਕੋਲੋਂ ਕਿਰਾਇਆ ਲਿਆ ਜਾਏਗਾ, 300 ਰੁਪਈਆ ਕਿਰਾਇਆ ਗੁਰੂ ਘਰ ਦੇ ਵੱਲੋਂ ਵਿੱਚ ਉਹਦੇ ਪਾਇਆ ਜਾਏਗਾ। ਜਿਨ੍ਹਾਂ ਸੰਗਤਾਂ ਨੇ ਜਾਣਾ ਹੈ ਉਹ ਆਪਣੇ ਨਾਂ ਲਿਖਾਉਣ ਦੀ ਕਿਰਪਾਲਤਾ ਕਰੋ ਜੀ। ਲਿਖੈ ਕਤੈ ਨਾ ਝੂਠੀਐ, ਬਖਸ਼ ਨਾਰ ਬਖਸ਼ ਲੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਮਿਹਰਬਾਨ ਸਾਹਿਬ ਮਿਹਰਬਾਨ, ਸਾਹਿਬ ਮੇਰਾ ਮਿਹਰਬਾਨ।